ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਪੰਜਾਬ ਵੰਡਿਆ ਗਿਆ ਜਾਂ ਵੱਟਿਆ ਗਿਆ ਦੇ ਨੈਕਸਟ ਐਪੀਸੋਡ ਦੇ ਵਿੱਚ ਫਿਰ ਤੁਹਾਡੇ ਰੂਬਰੂ ਹੋਏ ਹਾਂ ਇੱਕ ਸਾਡੇ ਕਿਸੇ ਫਰੈਂਡ ਨੇ ਪਹਿਲਾਂ ਰਿਕੁਐਸਟ ਕੀਤੀ ਸੀ ਵੀ ਜਦੋਂ ਕਿਤੇ ਜਾਂਦੇ ਹੁੰਦੇ ਤਾਂ ਥੋੜ੍ਹਾ ਜਿਹਾ ਵੀਡੀਓ ਜ਼ਰੂਰ ਰਸਤੇ 'ਤੇ ਬਣਾਇਆ ਕਰੋ ਉਹ ਵੀ ਲੱਗੇ ਅੱਜ ਬਣਾਉਣ ਪਹਿਲਾਂ ਇੱਕ ਮੈਂ ਹੋਰ ਰਿਕੁਐਸਟ ਕਰਨ ਲੱਗਿਆ ਤੁਸੀਂ ਸ਼ਾਇਦ ਕੈਮਰੇ 'ਤੇ ਡਾ ਕਲੀਅਰ ਨਹੀਂ ਦਿਖਦੇ ਅੱਜ ਕੱਲ੍ਹ ਧੁੰਦ ਦੇ ਦਿਨ ਨੇ ਹੁਣ ਇਸ ਟਾਈਮ ਦੁਪਹਿਰ ਦੇ 12 ਵਜੇ ਹੋਏ ਨੇ ਫਿਰ ਵੀ ਦੇਖ ਲਓ ਕਲੀਅਰ ਨਹੀਂ ਆ ਸਕਾਈ ਅਤੇ ਬਹੁਤ ਜ਼ਿਆਦਾ ਮਾੜੇ ਨਿਊਜ਼ ਆ ਰਹੇ ਨੇ ਐਕਸੀਡੈਂਟਸ ਦੇ ਪਿੱਛੇ ਜੇ ਹੀ ਇੱਥੇ ਬਠਿੰਡੇ ਦੇ ਵਿੱਚ ਵੀ ਇੱਕ ਐਕਸੀਡੈਂਟ ਹੋਇਆ ਜਿਹਦੇ 'ਚ ਕਈ ਸਟੂਡੈਂਟਸ ਦੀ ਡੈਥ ਹੋਈ ਆ ਸੋ ਇੱਕ ਇੱਦਾਂ ਰਿਕੁਐਸਟ ਹੈ ਵੀ ਥੋੜ੍ਹਾ ਜਿਹਾ ਕੇਅਰਫੁੱਲ ਰਹੋ ਹੌਲੀ ਚਲਾਓ ਗੱਡੀਆਂ ਹੋ ਸਕੇ ਤਾਂ ਦਿਨ ਵੇਲੇ ਹੀ ਚੱਲੋ ਜਿੱਥੇ ਵੀ ਜਾਣਾ ਹੁੰਦਾ ਅਤੇ ਦੂਜੀ ਇੱਕ ਜਿਹੜੀ ਮੈਂ ਹੋਰ ਗੱਲ ਕਰਨੀ ਸੀ ਉਹ ਕਮੈਂਟਸ ਦੇ ਬਾਰੇ ਸੀ ਕਈ ਵੀਡੀਓਜ਼ ਦੇ ਉੱਤੇ ਕਮੈਂਟਸ ਆ ਰਹੇ ਸੀ ਕੁਝ ਲੋਕ ਯਾਨੀ ਕਿ ਕਮੈਂਟਸ ਦੇ ਵਿੱਚ ਕੁਛ ਮੁਸਲਮਾਨਾਂ ਨੂੰ ਮਾੜਾ ਕਹਿੰਦੇ ਆ ਕੁਛ ਹਿੰਦੂਆਂ ਨੂੰ ਮਾੜਾ ਕਹਿੰਦੇ ਆ ਕੁਛ ਸਿੱਖਾਂ ਨੂੰ ਮਾੜਾ ਕਹਿੰਦੇ ਆ ਤਾਂ ਮੈਂ ਇੱਕ ਛੋਟੀ ਜਿਹੀ ਗੱਲ ਦੇਣ ਲੱਗਿਆ ਸੀ ਐਗਜ਼ਾਮਪਲ ਦੇ ਨਾਲ ਵੀ ਸਪੋਜ਼ ਕਰੋ ਜੇਕਰ ਆਪਾਂ ਮੰਨੀਏ ਵੀ ਭਾਈ ਮੁਸਲਿਮਸ ਮਾੜੇ ਨੇ ਜੇ ਮੁਸਲਿਮ ਮਾੜੇ ਹੁੰਦੇ ਤਾਂ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਕਦੇ ਵੀ ਦਰਜ ਨਹੀਂ ਸੀ ਹੋਣੀ ਅਤੇ ਨਾ ਹੀ ਕਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਉਣੀ ਸੀ ਠੀਕ ਹੈ ਜੀ ਜੇ ਆਪਾਂ ਕਹਿ ਦਈਏ ਵੀ ਹਿੰਦੂ ਮਾੜੇ ਨੇ ਜੇ ਹਿੰਦੂ ਮਾੜੇ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਕਦੇ ਵੀ ਉਹਨਾਂ ਨੂੰ ਬਚਾਉਣ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਲੀਦਾਨ ਦੇਣ ਦੇ ਲਈ ਪ੍ਰੇਰਿਤ ਨਾ ਕਰਦੇ ਇਨਫੈਕਟ ਉਹਨਾਂ ਨੇ ਆਪਣਾ ਸਾਰੇ ਦਾ ਸਾਰਾ ਪਰਿਵਾਰ ਹੀ ਉਸ ਇੱਕ ਵਜ੍ਹਾ ਕਰਕੇ ਵਾਰ ਦਿੱਤਾ ਸੀ ਸਿਰਫ ਹਿੰਦੂ ਧਰਮ ਦੇ ਉਹਦੇ ਨਾਲ ਰਿਲੇਟਡ ਕਿੱਸਿਆਂ ਦੇ ਉੱਤੇ ਹੀ ਅਤੇ ਜੇਕਰ ਆਪਾਂ ਕਹਿ ਦਈਏ ਵੀ ਸਿੱਖ ਮਾੜੇ ਹੁੰਦੇ ਤਾਂ ਹੁਣ ਜਿਵੇਂ ਤੁਸੀਂ ਦੇਖਦੇ ਹੋ ਜਦੋਂ ਆਪਣੇ ਸਿੱਖ ਭਾਈਆਂ ਦੇ ਜੱਥੇ ਜਾਂਦੇ ਆ ਪਾਕਿਸਤਾਨ ਦੇ ਵਿੱਚ ਉਹ ਕਰੋੜਾਂ ਰੁਪਈਆ ਉੱਧਰਲੇ ਮੁਸਲਮਾਨ ਭਾਈ ਇਹਨਾਂ ਦੇ ਉੱਤੇ ਲਾਉਂਦੇ ਨੇ ਵੈਲਕਮ ਕਰਨ ਦੇ ਉੱਤੇ ਇਹਨਾਂ ਦੇ ਰਹਿਣ ਸਹਿਣ ਦੇ ਉੱਤੇ ਖਾਣ ਪੀਣ 'ਤੇ ਸਿਕਿਉਰਿਟੀ 'ਤੇ ਜੇ ਮਾੜੇ ਹੁੰਦੇ ਸਿੱਖ ਤਾਂ ਉਹ ਕਿਉਂ ਕਰਦੇ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਸਾਨੂੰ ਨਹੀਂ ਉਲਝਣਾ ਚਾਹੀਦਾ ਹੈਗਾ ਵੀ ਕੌਣ ਮਾੜੇ ਆ ਕੌਣ ਚੰਗੇ ਆ ਦੇਖੋ ਮਾੜੇ ਚੰਗੇ ਹਰੇਕ ਧਰਮ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਲੋਕ ਮਿਲਣਗੇ ਤੁਹਾਨੂੰ ਈਵਨ ਜੇ ਤੁਸੀਂ ਹੁਣ ਦੇਖ ਲਓ ਇੱਕੋ ਮਾਂ ਦੇ ਜਾਏ ਦੋ ਭਾਈ ਨੇ ਉਹਨਾਂ ਦੇ ਵਿੱਚ ਬਟਵਾਰਾ ਪੈ ਜਾਂਦਾ ਉਹਨਾਂ 'ਚ ਲੜਾਈਆਂ ਪੈ ਜਾਂਦੀਆਂ ਨੇ ਜ਼ਮੀਨ ਨੂੰ ਲੈ ਕੇ ਫਿਰ ਵੱਖ ਵੱਖ ਧਰਮਾਂ ਦੇ ਨਾਮ 'ਤੇ ਤਾਂ ਅਸੀਂ ਵੰਡੇ ਵੇ ਹੈ ਹੀ ਹਾਂ ਸਾਡੇ 'ਚ ਲੜਾਈ ਪੈਣੀ ਬੜੀ ਮਾਮੂਲੀ ਜਿਹੀ ਗੱਲ ਹੈ ਸੋ ਇਹਨਾਂ ਗੱਲਾਂ ਇਹੋ ਜਿਹੇ ਕਮੈਂਟ ਨਾ ਕਰੋ ਇਹ ਜਿਹੜੇ ਕੰਮ ਨੇ ਪਿਓਰਲੀ ਉਹਨਾਂ ਨੂੰ ਕਰਨ ਦਿਓ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਜਿਤਾਉਂਦੇ ਹਾਂ ਕਿਉਂਕਿ ਉਹਨਾਂ ਕੋਲ ਇਹ ਇੱਕੋ ਇੱਕ ਕੰਮ ਹੈ ਜਿਹੜਾ ਵਿਚਾਰੇ ਕਰਦੇ ਆ ਜੇ ਆਪਾਂ ਇਹ ਕੰਮ ਵੀ ਆਪਾਂ ਕਰਨ ਲੱਗ ਗਏ ਵਿਚਾਰਿਆਂ ਦੇ ਉਹਨਾਂ ਦੇ ਪੱਲੇ ਕੀ ਰਹਿ ਗਿਆ ਫਿਰ ਸੋ ਥੋੜ੍ਹੇ ਜਿਹੇ ਸਿਆਣੇ ਹੋਈਏ ਆਪਾਂ ਵੀ ਅਤੇ ਪੀਸਫੁੱਲੀ ਰਹੀਏ ਰਿਸਪੈਕਟ ਕਰੀਏ ਇੱਕ ਦੂਜੇ ਦੀ ਜਿਹੜਾ ਸਾਨੂੰ ਸਿਖਾਇਆ ਗਿਆ ਅਤੇ ਜਦੋਂ ਵੀ ਮੈਂ ਤਾਂ ਇਹ ਕਹੂੰਗਾ ਵੀ ਗੁਰਦੁਆਰਾ ਸਾਹਿਬ ਜਾਂਦੇ ਹੋ ਮੰਦਰ ਜਾਂਦੇ ਹੋ ਮਸਜਿਦ ਜਾਂਦੇ ਹੋ ਤਾਂ ਇੱਕ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਆ ਕਰੋ ਜਿਹੜੇ ਹਿਸਾਬ ਨਾਲ ਮਾੜਾ ਕੁਛ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਤਾਂ ਥੈਂਕ ਯੂ ਇਹਦੇ ਲਈ ਤਾਂ ਹੁਣ ਆਪਾਂ ਅੱਜ ਇੰਟਰਵਿਊ ਸ਼ੁਰੂ ਕਰਾਂਗੇ ਉਹਦੇ ਲਈ ਅਸੀਂ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਅਸੀਂ ਆਏ ਹਾਂ ਲੁਧਿਆਣਾ ਦੇ ਵਿੱਚ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਬਾਪੂ ਜੀ ਨੂੰ ਮਿਲਣ ਜਿਹੜੇ ਉੱਧਰੋਂ ਪਾਕਿਸਤਾਨ ਤੋਂ ਆਏ ਨੇ ਅਤੇ ਪੁੱਛਦੇ ਆ ਇਹਨਾਂ ਤੋਂ ਸਾਰਾ ਉੱਧਰਲਾ ਕਿਵੇਂ ਕਿਵੇਂ ਹੋਇਆ ਇਹਨਾਂ ਨਾਲ ਕਿਵੇਂ ਪਿੰਡ ਛੱਡਿਆ ਕਿਵੇਂ ਸਾਰਾ ਕੁਛ ਹੋਇਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਬਾਪੂ ਜੀ ਆਪਣਾ ਨਾਮ ਦੱਸੋ ਜੀ ਕੀ ਆ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਅਤੇ ਆਪਣੇ ਫਾਦਰ ਸਾਹਿਬ ਦਾ ਕੀ ਨਾਮ ਸਾਰਾਮ ਸਿੰਘ ਅੱਛਾ ਉੱਧਰ ਕਿਹੜੇ ਪਿੰਡ ਦੇ ਸੀ ਜੀ ਆਪਾਂ ਰਹਿਣ ਵਾਲੇ ਅਸੀਂ ਜੀ ਚੌਕ ਬੂੜੇ ਕਿਰਾਏ ਦੀ ਚੱਕ ਨੰਬਰ 404 ਤਹਿਸੀਲ ਸਮੁੰਦਰੀ ਜ਼ਿਲ੍ਹਾ ਲੈਲਪੁਰ ਗੁਗੇਰਾ ਬ੍ਰਾਂਚ ਗਾਫ ਬੇ ਸਾਨੂੰ ਲਿਖਣਾ ਪੈਂਦਾ ਸੀ10 April 1935 ਬਟਵਾਰਾ ਹੋਇਆ ਤਕਰੀਬਨ 12 ਸਾਲ ਦੇ 5 ਮਹੀਨਿਆਂ ਦੀ ਉਮਰ ਸੀ ਪਹਿਲੀ ਜਮਾਤ ਪਾਸ ਕਰਕੇ ਦੂਜੀ ਜਮਾਤ ਪ੍ਰਾਈਵੇਟ ਸਾਡੇ ਪਿੰਡ ਇਲਾਕੇ ਸਕੂਲਾਂ ਦਾ ਅਰੇਂਜਮੈਂਟ ਹੈ ਨਹੀਂ ਸੀ ਉਦੋਂ ਤਾਂ ਸਾਰੇ ਸਰਕਾਰੀ ਹੁੰਦਾ ਸੀ ਜੀ ਸਾਡੇ ਪਿੰਡ ਸਰਕਾਰੀ ਵੀ ਹੈ ਨਹੀਂ ਸੀ ਅੱਛਾ ਜੀ ਸਾਡੇ ਬੇਖਾਂ ਜ਼ੈਲਦਾਰ ਨੇ ਇੱਕ ਮਾਸਟਰ ਨੂਰ ਮੁਹੰਮਦ ਨਾਂ ਦਾ ਬੁਲਾਇਆ ਉਹ ਕਹਿੰਦਾ ਵੀ ਇਹਨਾਂ ਨੂੰ ਮੇਰੇ ਡੇਰੇ 'ਚ ਜਗ੍ਹਾ ਦੇ ਦਿੱਤੀ ਪੜ੍ਹਾਇਆ ਕਰ ਜਿਹੜੀ ਫੀਸ ਇਹ ਦੇਣ ਬਾਕੀ ਸੀ ਗੁਜ਼ਾਰੇ ਜੋਗੀ ਪੈਸੇ ਮੈਂ ਦੇ ਦਿਆ ਕਰੂੰਗਾ
ਮੈਂ ਉਹਨਾਂ ਕੋਲ ਦੂਜੀ ਜਮਾਤ ਪੜ੍ਹਦਾ ਸੀ। ਅੱਛਾ, ਜੈਲਦਾਰ ਸਾਹਿਬ ਸੀ ਕੋਈ ਉੱਥੇ, ਕੀ ਨਾਮ ਦੱਸਿਆ ਜੀ? ਬੇਗ ਖਾਨ ਜੈਲਦਾਰ। ਬੇਗ ਖਾਨ ਉਹ ਤੁਹਾਡੇ ਉਸੇ ਪਿੰਡ ਦੇ ਸੀ ਜੀ? ਹਾਂ ਹਾਂ, ਸਾਡੇ ਪਿੰਡ ਦਾ ਜੈਲਦਾਰ ਸੀ। ਅੱਛਾ ਜੀ। ਹਾਂਜੀ, ਉਹ ਬੇਗ ਖਾਨ ਦੇ ਹਸਨ ਅਲੀ ਦੋ ਸੀਨੀਅਰ ਆਦਮੀ ਸਾਡੇ ਪਿੰਡ ਦੇ। ਅੱਛਾ ਜੀ, ਉਹਨਾਂ ਦੇ ਬੱਚੇ ਵਗੈਰਾ ਦੇ ਕਿਸੇ ਦੇ ਨਾਮ 'ਚ? ਇੱਕ ਦਾ ਨੱਥੇ ਖਾਂ, ਉਹਦਾ ਵੱਡਾ ਮੁੰਡਾ ਸੀ, ਉਹਦੇ 5-6 ਵਿਆਹ ਸੀ। ਅੱਛਾ, ਵੱਡੇ ਮੁੰਡੇ ਦਾ ਨਾਮ ਨੱਥੇ ਖਾਂ ਸੀ, ਉਹਦੀਆਂ ਅੱਗੇ 5-6 ਮੈਰਿਜਸ ਹੋਈਆਂ। ਹਾਂ ਹਾਂ, ਉਹਨਾਂ ਬਾਕੀ ਬੱਚਿਆਂ ਦਾ ਮੈਨੂੰ ਨਹੀਂ, ਉਹ ਛੋਟੇ ਸੀ। ਆਹ ਚਲੋ, ਫਰਕ ਪੈ ਜਾਂਦਾ। ਇੱਕ ਹਾਂ ਮੈਨੂੰ ਯਾਦ ਆ ਗਿਆ, ਜਿਹੜਾ ਸਭ ਤੋਂ ਮੇਰੇ ਨਾਲ ਪੜ੍ਹਦਾ ਸੀ, ਉਹਦਾ ਨਾਂ ਸੀ ਅਲੀ ਸ਼ੇਰ। ਅਲੀ ਸ਼ੇਰ? ਹਾਂ। ਅੱਛਾ ਜੀ, ਉਹ ਜਿਹੜੀ ਸਭ ਤੋਂ ਛੋਟੀ ਘਰਵਾਲੀ ਦਾ ਬੇਟਾ ਸੀ। ਠੀਕ ਠੀਕ ਹੈ ਜੀ। ਅਤੇ ਪੜ੍ਹਦੇ ਉੱਧਰ ਉਰਦੂ ਹੀ ਸੀ ਜਾਂ ਗੁਰਮੁਖੀ? ਉਰਦੂ ਹੀ। ਹਾਂਜੀ, ਉਰਦੂ ਹੀ। ਅਤੇ ਗੁਰਮੁਖੀ? ਗੁਰਮੁਖੀ ਦਾ ਮਤਲਬ ਵੀ ਕੋਈ ਨਹੀਂ, ਕਿ ਉਹਨਾਂ ਲੋਕਾਂ ਦੀ ਪੜ੍ਹਾਈ ਸੀ। ਹਾਂਜੀ ਹਾਂਜੀ ਹਾਂ, ਬਿਲਕੁਲ ਬਿਲਕੁਲ। ਇੱਧਰ ਆ ਕੇ ਵੀ ਨਹੀਂ ਫਿਰ ਗੁਰਮੁਖੀ? ਮੈਂ ਇੱਧਰ ਆ ਕੇ, ਉਹ ਤਾਂ ਆਪਣੀ ਮਾਦਰੀ ਜ਼ਬਾਨ ਹੈ, ਆਪਾਂ ਸਿੱਖੀ ਜਾਂਦੀ ਹੈ, ਸਿੱਖੀ ਜਾਂਦੀ ਹੈ ਜੀ। ਠੀਕ ਠੀਕ ਹੈ ਜੀ। ਅਤੇ ਵੈਸੇ ਮੈਂ ਸਕੂਲ ਨਹੀਂ ਜਾ ਸਕਿਆ, ਹਾਲਾਤ ਹੀ ਐਸੇ ਸੀ ਹਿੰਦੁਸਤਾਨ। ਚਲੋ, ਜਦੋਂ ਉੱਧਰੋਂ ਆਏ ਹਾਂ ਜੀ, ਉੱਧਰੋਂ ਬੜੀਆਂ ਮੁਸ਼ਕਲਾਂ ਸੀ। ਬਿਲਕੁਲ ਬਿਲਕੁਲ। ਅਤੇ ਮੈਂ ਕਾਰੀ ਉਰਦੂ, ਮਾੜੀ ਮੋਟੀ ਹਿੰਦੀ, ਮਾੜੀ ਮੋਟੀ ਇੰਗਲਿਸ਼, ਇਹ ਬੱਚਿਆਂ ਕੋਲ ਹੀ ਪੜ੍ਹਿਆ। ਬਹੁਤ ਸਿਆਣੀ ਗੱਲ, ਚੰਗੀ ਗੱਲ ਹੈ ਜੀ। ਤੁਸੀਂ ਫਿਰ ਵੀ ਹਿੰਮਤ ਇੰਨੀ ਰੱਖੀ ਵੀ ਇੰਨੀਆਂ 4-5 ਲੈਂਗੁਏਜ ਤੁਹਾਨੂੰ ਆਉਂਦੀਆਂ? ਹਾਂ, ਇਹ ਬਸ ਇਹਨਾਂ ਬੱਚਿਆਂ ਕੋਲੋਂ। ਠੀਕ ਠੀਕ ਹੈ ਜੀ। ਅਤੇ ਉੱਧਰ ਬਾਪੂ ਜੀ ਆਪਣਾ ਕਾਰੋਬਾਰ ਕੀ ਸੀ ਜੀ? ਦੁਕਾਨਦਾਰੀ। ਕਾਹਦੀ ਜੀ? ਜਿਵੇਂ ਆਪਣੇ ਕਰਿਆਨੇ ਦੀ ਦੁਕਾਨ ਕਰਦਾ ਸਾਡਾ ਬਾਪ। ਅੱਛਾ ਜੀ। ਹਾਂਜੀ। ਅਤੇ ਕਿੰਨੇ ਕੁ ਆਪਣੇ ਸਿੱਖਾਂ ਦੇ ਘਰ ਸੀ ਜੀ ਉੱਥੇ? ਦੋ ਪਰਿਵਾਰ ਸਿੱਖ ਸਾਡਾ, ਇੱਕ ਤਾਏ ਦਾ। 404 ਚੱਕ ਦੇ ਵਿੱਚ? ਹਾਂਜੀ, ਤਿੰਨ 5 ਪਰਿਵਾਰ ਸੀ ਹਿੰਦੂਆਂ ਦੇ। ਅੱਛਾ ਜੀ। ਹਾਂ। ਅਤੇ ਉਦੋਂ ਵੰਡ ਤੋਂ ਪਹਿਲਾਂ ਜਦੋਂ ਬਟਵਾਰਾ ਹੋਇਆ ਨਹੀਂ ਸੀ ਜੀ, ਕਿਵੇਂ ਸੀ ਪਿਆਰ ਮੁਹੱਬਤ ਹਿੰਦੂ ਸਿੱਖ ਮੁਸਲਮਾਨ? ਬਹੁਤ ਜ਼ਿਆਦਾ ਪਿਆਰ ਸੀ, ਕਈ ਲੋਕਾਂ ਨਾਲ ਪਿਆਰ ਕਰਕੇ ਮੈਂ ਪਾਕਿਸਤਾਨ ਗਿਆ। ਉਹਨਾਂ ਦੀ ਬਾਤ ਚਿੱਠੀਆਂ ਵੀ ਆਉਂਦੀਆਂ ਰਹੀਆਂ। ਫਿਰ ਇੱਕ ਵਾਰੀ ਸਾਨੂੰ ਪੁਲਿਸ ਆ ਕੇ ਪੁੱਛਣ ਲੱਗਾ, ਤੁਹਾਨੂੰ ਪਾਕਿਸਤਾਨ ਚਿੱਠੀਆਂ ਕਿਉਂ ਆਉਂਦੀਆਂ? ਅੱਛਾ, ਇੱਧਰ ਹੀ ਪੁਲਿਸ ਨੇ ਪੁੱਛਿਆ? ਆਹੋ, ਇੱਥੋਂ ਮਾਡਲ ਗ੍ਰਾਮ ਦੀ ਚੌਕੀ ਨੇ। ਠੀਕ ਹੈ ਜੀ। ਅੱਛਾ ਕਿ ਜੀ, ਪ੍ਰੇਮ ਸੀ ਅਤੇ ਮੈਂ ਗਿਆ ਸੀ ਉਹਨਾਂ ਨੂੰ ਮਿਲਣ ਵਾਸਤੇ, ਉਹ ਚਿੱਠੀਆਂ ਪਾਉਣ ਲੱਗ ਗਏ। ਠੀਕ ਹੈ ਜੀ। ਅਤੇ ਫਿਰ ਅਸੀਂ ਉਹਨਾਂ ਨੂੰ ਲਿਖਤਾ ਵੀ ਅਸੀਂ ਅੱਜ ਬਾਅਦ ਸਾਨੂੰ ਚਿੱਠੀ ਨਾ ਲਿਖੋ, ਕਿਉਂਕਿ ਐਵੇਂ ਸ਼ੱਕ ਦੀ ਨਜ਼ਰ ਨਾ ਦੇਖਦੇ, ਗਲਤ ਤੰਗ ਉਹ ਕਰਦੇ ਨੇ ਜੀ। ਹਾਂਜੀ। ਅਤੇ ਜਦੋਂ ਬਟਵਾਰਾ ਹੋਇਆ ਜੀ, ਉਦੋਂ ਕਿਵੇਂ ਦਾ ਸੀ, ਉਹਨਾਂ ਨੇ ਹੈਲਪ ਕੀਤੀ ਤੁਹਾਡੀ ਮੁਸਲਮਾਨ ਭਰਾਵਾਂ ਨੇ? ਸਾਡੀ, ਹਾਂਜੀ, ਸਾਨੂੰ ਮੰਡੀ ਚਾਂਦਲਿਆਂ ਤੱਕ ਪਹੁੰਚਾ ਕੇ ਗਏ ਸੀ। ਕਿਹੜਾ ਸ਼ਹਿਰ ਦੱਸਿਆ ਜੀ? ਮੰਡੀ ਚਾਂਦਲਿਆਂ ਵਾਲਾ। ਮੰਡੀ ਚਾਂਦਲਿਆਂ ਵਾਲਾ? ਹਾਂਜੀ। ਇਹ ਆਪਣਾ ਲਾਹੌਰ ਤੋਂ ਕਿੰਨਾ ਕੁ ਪੈ ਜਾਂਦਾ ਜੀ? ਲਾਹੌਰ ਤੋਂ ਜਿਸ ਰਸਤੇ ਮੈਂ ਗਿਆ, ਹਾਂਜੀ, 10 ਮੀਲ ਮੰਡੀ, 60 ਮੀਲ ਨਨਕਾਣਾ ਸਾਹਿਬ, 330 ਮੀਲ ਲਾਹੌਰ, 100 ਮੀਲ ਬਣਦਾ ਸੀ। ਅੱਛਾ, ਠੀਕ ਹੈ ਜੀ। 100 ਮੀਲ ਲਾਹੌਰ ਤੋਂ ਅੱਗੇ ਸੀ ਜੀ ਤੁਸੀਂ? ਹਾਂਜੀ। ਠੀਕ ਠੀਕ। 100 ਮੀਲ, 150 ਕਿਲੋਮੀਟਰ। 150 ਕਿਲੋਮੀਟਰ ਉੱਧਰ ਹਜੇ ਵੀ ਮਿਲਾਂ ਦਾ ਮੀਲ ਹੀ ਚੱਲਦੇ? ਹਾਂ, ਮੀਲ ਹੀ ਚੱਲਦੇ ਕਰਦੇ ਆਉਂਦੀਆਂ। ਹਾਂਜੀ। ਅਤੇ ਉੱਧਰ ਜਿਵੇਂ ਤੁਸੀਂ ਪਹਿਲਾਂ ਆਪਾਂ ਬੈਠੀ ਗੱਲਾਂ ਕਰਦੇ ਸੀ, ਤੁਸੀਂ ਦੱਸਦੇ ਸੀ ਬਾਰ ਦੀਆਂ ਵੀ 3 ਬਾਰਾਂ ਸੀ, ਉਹ ਪਹਿਲੀ ਬਾਰ ਨੀਲੀ ਬਾਰ ਜਿਹੜੀ ਰਾਵਲਪਿੰਡੀ ਸਾਈਡ ਤੋਂ ਸ਼ੁਰੂ ਹੁੰਦੀ ਹੈ। ਅੱਛਾ ਜੀ। ਉਸ ਬਾਅਦ ਸਾਂਦਲ ਬਾਰ। ਠੀਕ ਹੈ ਜੀ। ਤੀਜੀ ਗੰਜੀ ਬਾਰ, ਅਸੀਂ ਗੰਜੀ ਬਾਰ 'ਚੋਂ ਆਏ ਹਾਂ। ਇਹਨਾਂ ਦਾ ਮਤਲਬ ਕੀ ਸੀ ਜੀ ਬਾਰਾਂ ਦਾ? ਇਹ ਬਾਰਾਂ ਦੀ ਜਿਵੇਂ ਆਪਾਂ ਮਾਝਾ, ਮਾਲਵਾ, ਦੁਆਬਾ। ਅੱਛਾ, ਠੀਕ ਹੈ ਜੀ। ਇਸ ਤਰ੍ਹਾਂ ਵੰਡ ਕੀਤੀ ਹੋਈ ਸੀ ਜੀ। ਹਾਂਜੀ। ਬੋਲੀ ਦੇ ਪੱਖ ਤੋਂ ਜਾਂ ਫਿਰ ਧਰਤੀ ਦੇ ਪੱਖ ਤੋਂ? ਇਹ ਮੈਨੂੰ ਇੰਨੀ ਨਹੀਂ ਵਾਕਫ, ਅੱਛਾ, ਛੋਟੇ ਸੀ, ਥੋੜੀ ਉਮਰ ਸੀ। ਠੀਕ ਹੈ। ਪਰ ਬਾਕੀ ਇਹ 3 ਬਾਰਾਂ ਮੈਨੂੰ ਮਸ਼ਹੂਰ ਹੈ। ਰੋਜ਼ ਆ ਸਾਂਦਲ ਬਾਰ ਦੀ ਹੁਣ ਅੱਜ ਕੱਲ ਆਉਂਦੀ ਵਾਕਫੀਅਤ, ਕਾਫੀ ਹਾਂ ਲਿਖਦੇ ਆ। ਠੀਕ ਹੈ। ਸਾਡੇ ਕਈ ਦਰਸ਼ਕ ਵੀ ਹੈਗੇ ਨੇ ਜਿਹੜੇ ਉਧਰੋਂ ਕਰਦੇ ਰਹਿੰਦੇ ਆ ਜੀ, ਉਹ ਜਰੂਰ ਮੈਨੂੰ ਜਰੂਰ ਦੱਸ ਦਿਓ ਵੀ ਇਹ 12 ਦਾ ਕੀ ਮਤਲਬ। ਇੱਧਰ ਤਾਂ ਬਾਪੂ ਜੀ ਨੂੰ ਦੱਸਤਾ ਵੀ ਮਾਝਾ, ਮਾਲਵਾ, ਦੁਆਬਾ ਵੀ ਬੋਲੀ ਦੇ ਤੌਰ 'ਤੇ, ਪੰਜਾਬੀ ਦੀ ਉਪ ਬੋਲੀ ਦੇ ਤੌਰ 'ਤੇ ਅਸੀਂ ਵੰਡੇ ਹੋਏ ਹਾਂ। 12 ਦਾ ਪਲੀਜ਼, ਸਾਡੇ ਕਈ ਹੈਗੇ ਨੇ ਜਾਣਕਾਰ ਬੰਦੇ ਜਿਹੜੇ ਦੁਬਈ ਤੋਂ ਜਾਂ ਕਰਦੇ ਨੇ, ਜ਼ਰੂਰ ਉਹ ਮੈਨੂੰ ਦੱਸ ਦਿਓ ਬਾਅਦ 'ਚ। ਅੱਛਾ, ਤੁਹਾਡੀ ਗੰਜੀ ਬਾਰ ਸੀ ਜੀ ਜਿਹੜੀ ਸਾਡੀ? ਹਾਂ, ਗੰਜੀ ਬਾਰ। ਅੱਛਾ ਜੀ। ਅਤੇ ਬਾਕੀ ਰਹਿਣ ਸਹਿਣ ਤੁਸੀਂ ਕਿਵੇਂ ਦੱਸਦੇ ਸੀ ਵੀ? ਬਹੁਤ ਸਾਦਾ, ਭਾਈਚਾਰੇ ਵਾਲਾ। ਹਾਂਜੀ ਹਾਂਜੀ। ਖਾਣ ਪਾਣ ਸਾਦਾ। ਠੀਕ ਹੈ। ਰਹਿਣ ਸਹਿਣ ਸਾਦਾ, ਲਵੇਰੇ ਨੂੰ ਲੋਕ ਪਹਿਲ ਦਿੰਦੇ ਸੀ। ਠੀਕ ਹੈ ਜੀ। ਦੁੱਧ ਘਿਓ ਲੱਸੀ ਬੜਾ ਸ਼ੁੱਧ। ਹਾਂਜੀ। ਜੇ ਘਰ ਨਹੀਂ ਵੀ ਲਵੇਰਾ ਤਾਂ ਗੁਆਂਢੀਆਂ ਨੇ ਵੀ ਲੱਸੀ ਦੋ ਨੂੰ ਫ੍ਰੀ ਵਾਂਗੂ ਹੀ ਮਿਲ ਜਾਂਦਾ ਸੀ। ਉਹ ਤਾਂ ਸਿਹਤ ਤੋਂ ਵੀ ਤੱਕ ਲੱਗਦਾ ਜਿਹੜੀਆਂ ਪੁਰਾਣੀਆਂ ਖਾਧੀਆਂ ਨੇ ਕਰਾ। ਨਹੀਂ, ਵਰਤਾਰਾ ਲੋਕਾਂ ਦੇ ਕਿਸੇ ਲਵੇਰਾ ਨਹੀਂ ਨਾ। ਹਾਂਜੀ। ਤਾਂ ਗੁਆਂਢੀਆਂ ਲੱਸੀ, ਦੁੱਧ, ਚਾਹ ਦਾ ਦਰਵਾਜ਼ ਹੀ ਹੈ, ਚਾਹ ਦਾ ਹਿੰਦੁਸਤਾਨ 'ਚ ਆ ਕੇ ਦੇਖੀਏ ਅਸੀਂ। ਅੱਛਾ ਜੀ। ਹਾਂ, ਉੱਧਰ ਚਾਹ ਨਹੀਂ ਸੀ ਬਣਦੀ। ਠੀਕ ਹੈ ਜੀ। ਅਤੇ ਨਾਸ਼ਤਾ ਵੀ ਲੱਸੀ ਨਾਲ ਹੀ ਲੋਕ ਕਰਦੇ ਸੀ। ਠੀਕ ਹੈ ਜੀ। ਆਪਣੇ ਵੀ ਹੁਣ ਵੀ ਪਿੰਡਾਂ 'ਚ ਚਲੋ ਚੱਲਦਾ ਇਹ ਜਿਹਾ ਹਜੇ। ਹਾਂਜੀ। ਉੱਧਰ ਹਜੇ ਵੀ ਮੈਂ ਜਦੋਂ ਗਿਆ ਸੀ ਹੁਣ ਪਿੱਛੇ 2007 'ਚ ਗਿਆ ਜੀ ਮੈਂ, ਉਦੋਂ ਵੀ ਉਹਨਾਂ ਦੀਆਂ ਖੁਰਾਕਾਂ ਸਿੰਪਲ ਅਤੇ ਵਧੀਆ ਸੀ ਸਾਰਾ ਕੁਝ। ਅਤੇ ਜਦੋਂ ਇਹ 47 ਵਾਲਾ ਹੋ ਗਿਆ ਜੀ ਬਟਵਾਰੇ ਦਾ, ਤੁਹਾਨੂੰ ਕਿੰਨਾ ਕੁ ਚਿਰ ਪਹਿਲਾਂ ਪਤਾ ਲੱਗ ਗਿਆ ਸੀ ਵੀ ਇਹ ਹੋ ਗਿਆ? ਇਹ 2-4 ਮਹੀਨੇ ਪਹਿਲਾਂ ਗੱਲ ਚੱਲਦੀ ਸੀ ਵੀ ਆਹ ਏਰੀਆ ਹਿੰਦੁਸਤਾਨ ਨੂੰ ਮਿਲਣਾ, ਆਹ ਪਾਕਿਸਤਾਨ ਨੂੰ ਮਿਲਣਾ ਹੈ। ਸਾਡਾ ਅਸੀਂ ਤਾਂ ਦੂਰ ਸੀ ਲਾਹੌਰ ਤੋਂ, ਲਾਹੌਰ ਦੇ ਲੋਕਾਂ ਨੂੰ ਤਾਂ ਬਿਲਕੁਲ ਹੀ ਬਹੁਤਾ ਖਾਲਸਾ ਸੀ
ਕਿ ਇਹ ਲਾਹੌਰ ਦਾ ਜਿਹੜਾ ਏਰੀਆ ਹਿੰਦੁਸਤਾਨ ਨੂੰ ਮਿਲੂਗਾ। ਹਾਂਜੀ, ਇਹ ਮੈਂ ਵੀ ਇਹ ਸੁਣਿਆ ਸੀ ਜੀ ਵੀ ਕਿਉਂਕਿ ਲਾਹੌਰ ਤੇ ਅੰਮ੍ਰਿਤਸਰ ਬੜੇ ਲਾਗੇ ਲੱਗੇ ਸੀ। ਹਾਂਜੀ, ਇਹ ਲਾਸਟ ਟਾਈਮ ਤੱਕ ਨਹੀਂ ਪਤਾ ਲੱਗਿਆ। ਹਾਂ, ਲਾਹੌਰ ਇੱਧਰ ਇਹ ਤਾਂ ਝਗੜਾ ਹੀ ਚੱਲਦਾ ਰਿਹਾ। ਸਾਨੂੰ ਉਸ ਦਿਨ ਫਾਈਨਲ ਪਤਾ ਲੱਗਾ ਹੈ ਜਿਸ ਦਿਨ ਲਾਹੌਰ 'ਚ ਮਾਸਟਰ ਤਾਰਾ ਸਿੰਘ ਨੇ ਝੰਡਾ ਪਾੜਿਆ ਅਤੇ ਇਹ ਗੱਲਾਂ ਹੁੰਦੀਆਂ ਸੀ ਪਿੰਡਾਂ 'ਚ, ਸੁਣਦੇ ਹੁੰਦੇ ਸੀ। ਸਾਡੇ ਵਡਾਰੂ ਗੱਲਾਂ ਕਰਦੇ ਸੀ ਬਈ ਇਹ ਆਪਣਾ ਏਰੀਆ ਜਿਹੜਾ ਹੈ ਪਾਕਿਸਤਾਨ ਨੂੰ ਮਿਲ ਗਿਆ, ਆਪਾਂ ਨੂੰ ਜਾਣਾ ਪੈਣਾ। ਠੀਕ ਹੈ ਜੀ, ਅਤੇ ਜਦੋਂ ਤੁਸੀਂ ਉੱਧਰੋਂ ਆਏ ਜੀ, ਸੌਖੇ ਹੀ ਆ ਗਏ ਸੀ ਇੱਧਰ ਜਾਂ? ਅਸੀਂ ਸਾਡੇ ਨਾਨਕੇ ਸੀ, 84 ਚੱਕ ਸੀ, ਸਰਤਿਆਣੇ ਬੰਗਲੇ ਕੋਲ, ਜ਼ਿਲ੍ਹਾ ਲੈਲਪੁਰ 'ਚ, ਤਹਿਸੀਲ ਸਮੁੰਦਰੀ ਸੀ। ਉਹ ਵੀ ਤਹਿਸੀਲ ਸਮੁੰਦਰੀ? ਠੀਕ ਹੈ ਜੀ। ਇਹ ਸਨ 1900 'ਚ ਬਾਰ ਆਬਾਦ ਹੋਈ ਹੈ। ਠੀਕ ਹੈ, ਜਿਹੜੇ ਫੌਜੀਆਂ ਨੂੰ ਮਲਬੇ ਮਿਲੇ ਹੈ। ਹਾਂਜੀ ਹਾਂਜੀ, ਇਹ ਸਨ 1900 'ਚ ਮਿਲੇ ਸੀ। ਠੀਕ ਹੈ ਜੀ। 1947 'ਚ ਬਟਵਾਰਾ ਹੋ ਗਿਆ। ਠੀਕ ਹੈ ਜੀ। 47 ਸਾਲਾਂ ਬਾਅਦ ਉਹ ਲੋਕ ਵਾਪਸ ਆ ਗਏ। ਠੀਕ ਹੈ ਜੀ। ਸਾਡਾ ਪਿਛੋਕੜ ਉੱਧਰ ਰਹੇ ਸੀ। ਅੱਛਾ, ਸਾਨੂੰ ਇੱਧਰ ਦੀ ਕੋਈ ਵਾਕ ਸ਼ੁਰੂ ਦੇ ਪਹਿਲਾਂ ਉੱਧਰਲੇ ਹੀ ਜਾਂ? ਸਾਡੇ ਵਡਾਰੂ ਉੱਧਰਲੇ ਸੀ। ਠੀਕ ਹੈ ਜੀ। ਅਤੇ ਉਹ ਫਿਰ ਅਸੀਂ ਤਾਂ ਇੱਕ ਸਾਨੂੰ ਉਹਨਾਂ ਲੋਕਾਂ ਨੇ ਆਫਰ ਕੀਤੀ ਸੀ। ਅੱਛਾ ਜੀ, ਮੁਸਲਮਾਨ ਬਣ ਜਾਓ, ਰਹੋ। ਠੀਕ ਹੈ। ਅੱਛਾ, ਖਨ ਨਹੀਂ। ਠੀਕ ਹੈ ਜੀ। ਫਿਰ ਤੁਸੀਂ ਜਾ ਰਹੇ ਹਾਂ, ਗੁਰਮੀਤ ਸਿੰਘ ਜਾ ਰਿਹਾ, ਇਹਨਾਂ ਦਾ ਆਸ ਮਗਰ ਦੇਖ ਪਿੱਛਾ ਦੇਖ ਕੇ ਅਸੀਂ ਜਦੋਂ ਜਿਸ ਦਿਨ ਸਾਨੂੰ ਮੰਡੀ ਤਾਂਦੇ ਨਾਲ ਛੱਡ ਕੇ ਗਏ। ਹਾਂਜੀ ਹਾਂਜੀ। ਅਸੀਂ 2-3 ਦਿਨ ਉੱਥੇ ਰਹੇ। ਠੀਕ ਹੈ ਜੀ। ਸਰਦਾਰ ਉੱਜਲ ਸਿੰਘ ਜੀ ਨੇ ਗੋਲੀ ਚਲਵਾਈ ਸੀ ਇੰਦਰਾ ਗਾਂਧੀ ਮਰੀ 'ਤੇ, ਇਹ ਮੰਡੀ ਤਾਂਦੇ ਵਾਲੇ ਦਾ ਸੀ। ਅੱਛਾ ਜੀ। ਹਾਂ, ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ। ਠੀਕ ਹੈ ਜੀ। ਇਹ ਉੱਜਲ ਸਿੰਘ ਵੀ ਉੱਥੇ ਇੰਤਜ਼ਾਮ ਕਰਦਾ ਸੀ ਆਇਆਂ ਬੰਦਿਆਂ ਨੂੰ ਸਾਂਭਣ ਦਾ, 47 ਦੇ ਵਿੱਚ। ਠੀਕ ਹੈ। ਗੁਰਦੁਆਰਾ ਸਾਹਿਬ 'ਚ ਲੋਕ ਬਹੁਤ ਠਹਿਰੇ ਹੋਏ ਸੀ। ਠੀਕ ਹੈ ਜੀ। ਉੱਥੇ ਰੋਜ਼ ਰਾਤ ਨੂੰ ਐਲੀ ਐਲੀ ਦੇ ਸਤਿ ਸ਼੍ਰੀ ਅਕਾਲ ਦੇ ਨਾਅਰੇ ਲੱਗਦੇ ਸੀ। ਸਾਰੇ ਇਲਾਕੇ ਦੇ ਸਿੱਖ ਉੱਥੇ ਇਕੱਠੇ ਹੋਏ ਸੀ, ਹਿੰਦੂ ਕੱਢੇ, ਇਹਨਾਂ ਨੇ ਹਿੰਦੁਸਤਾਨ 'ਚ ਆਉਣਾ ਸੀ। ਠੀਕ ਹੈ। ਉਹ ਸਾਰੇ ਉੱਥੇ ਰੁਕੇ ਹੋਏ ਸੀ। ਠੀਕ ਹੈ ਜੀ। ਉਹ ਮੁਸਲਮਾਨ ਮਾਰਨ ਮਰਾਉਣ ਨੂੰ ਉਹਨਾਂ ਨੂੰ ਆਉਂਦੇ ਸੀ, ਉਹ ਮੁਕਾਬਲਾ ਕਰਦੇ ਸੀ। ਠੀਕ ਹੈ ਜੀ। ਅਸੀਂ 2 ਦਿਨ ਉੱਥੇ ਰਹੇ। ਉੱਥੇ ਸਾਡਾ ਇੱਕ ਰਿਸ਼ਤੇਦਾਰ ਬੱਸ ਚਲਾਉਂਦਾ ਸੀ, ਇੱਕ ਲਿਸ਼ਕੋਟ ਸ਼ਹਿਰ ਸੀ, ਦੰਦੇ ਨੂੰ ਸਿਆਰੀ ਸਸਤਾ। ਅੱਛਾ ਜੀ। ਦਿਸ਼ਕੋਟ? ਠੀਕ ਹੈ ਜੀ। ਉੱਥੋਂ ਤੱਕ ਮੰਡੀ ਤੋਂ ਦਿਸ਼ਕੋਟ ਤੱਕ ਬੱਸ ਚਲਾਉਂਦਾ ਸੀ। ਅੱਛਾ ਜੀ। ਉਹਨਾਂ ਦਾ ਪਰਿਵਾਰ ਵੀ ਮੰਡੀ ਰਹਿੰਦਾ ਸੀ। ਠੀਕ ਹੈ ਜੀ। ਸਾਡੀ ਰਿਸ਼ਤੇਦਾਰੀ 'ਚੋਂ ਫੂਆ ਦਾ ਮੁੰਡਾ ਲੱਗਦਾ ਸੀ। ਠੀਕ ਹੈ ਜੀ। ਅਤੇ ਉਹ ਕਹਿਣ ਲੱਗਾ ਵੀ ਅਸੀਂ ਆਖਿਆ ਵੀ ਇਸ ਤਰ੍ਹਾਂ ਸਾਨੂੰ ਕਿਸ ਤਰ੍ਹਾਂ ਕਰ, ਦਿਸ਼ਕੋਟ ਛੱਡਿਆ। ਹਾਂਜੀ। ਉਸ ਤੋਂ ਬਾਅਦ ਫਿਰ ਸਿੱਖਾਂ ਦੀ ਆਬਾਦੀ ਆ ਜਾਂਦੀ ਸੀ। ਠੀਕ ਹੈ ਜੀ। ਵੀ ਅਸੀਂ 84 ਚੱਕ ਚਲੇ ਜਾਣਾ, ਸਾਡੇ ਨਾਨਕੇ ਨੇ ਉੱਥੇ ਸਾਡੇ ਬਾਪੂ ਹੋਣਾਂ ਦਾ ਵਿਆਹ ਹੋਇਆ ਸੀ, ਅਤੇ ਜਿਹੜਾ ਸਾਡੇ ਤਾਏ ਦਾ ਉਹ ਵੀ ਉੱਥੇ ਵਿਆਹਿਆ ਸੀ। ਠੀਕ ਹੈ ਜੀ। ਸਾਡੀ ਮਾਸੀ ਅਤੇ ਸਾਡੀ ਤਾਈ ਭੈਣਾਂ ਸੀ। ਠੀਕ ਹੈ ਜੀ। ਉਹ ਫਿਰ ਉਹਨਾਂ ਨੇ ਇਹ ਸੋਚਿਆ ਵੀ ਅਸੀਂ ਵੀ ਇੱਥੋਂ ਨਿਕਲੀਏ। ਉਹ ਇਸ ਲਾਲਚ ਨੂੰ ਸਾਨੂੰ ਰਾਤ ਨੂੰ ਚੋਰੀ ਬਿਠਾ ਕੇ, 15 ਮੀਲ ਸਫ਼ਰ ਸੀ ਦਿਸ਼ਕੋਟ ਮੰਡੀ ਤੋਂ। ਅੱਛਾ ਜੀ। 8 ਮੀਲ ਮੁਸਲਮਾਨ ਸਰਦਾਰਾਂ ਦੀ ਆਬਾਦੀ ਸੀ। ਅੱਛਾ ਜੀ। 7 ਮੀਲ ਮੁਸਲਮਾਨ ਆਬਾਦੀ ਸੀ। ਠੀਕ ਹੈ। ਉਹਦੀ ਰਾਤ ਨੂੰ ਬਗੈਰ ਲਾਈਟਾਂ ਜਗਾਇਆ ਤਾਂ ਹੌਲੀ ਹੌਲੀ ਸਾਨੂੰ ਦਿਸ਼ਕੋਟ ਛੱਡ ਗਿਆ। ਠੀਕ ਹੈ ਜੀ। ਜਦੋਂ ਦਿਸ਼ਕੋਟ ਸ਼ਹਿਰ ਅਪੜੇ, ਇੱਕ ਮੰਦਰ ਸਾਡਾ ਉਤਾਰਾ ਕੀਤਾ ਸੀ, ਮੈਨੂੰ ਯਾਦ ਹੈ ਚੰਗੀ ਤਰ੍ਹਾਂ। ਹਾਂਜੀ। ਸਾਨੂੰ ਬਹੁਤ ਲੋਕ ਦੇਖਣ ਵਾਸਤੇ ਆ ਗਏ ਵੀ ਹੁਣ ਬਟਵਾਰਾ ਹੋ ਗਿਆ, ਲੋਕ ਜਾਣ ਲੱਗ ਗਏ। ਸਾਨੂੰ ਇੱਕ ਹਿੰਦੂ ਪਰਿਵਾਰ ਦੇ ਘਰ 'ਚ ਵੀ ਰੋਟੀ ਖਵਾਈ। ਅੱਛਾ ਜੀ। ਉੱਥੋਂ ਅਸੀਂ ਸੁਨੇਹਾ ਭੇਜਿਆ, 2 ਬੰਦੇ ਭੇਜੇ, ਡਰ ਉੱਥੇ ਹੈ ਨਹੀਂ ਸੀ ਕੋਈ। ਠੀਕ ਹੈ ਜੀ। ਸਾਡੇ ਮਾਮੇ ਉੱਥੋਂ 2 ਗੱਡੇ ਲੈ ਕੇ ਅਤੇ ਸਾਨੂੰ ਗੱਡਿਆਂ ਦੇ ਬਹਾ ਕੇ 84 ਚੱਕ ਲਿਆ ਹੈ। 84 ਚੱਕ ਅਸੀਂ 15-20 ਦਿਨ ਰਹੇ। ਉੱਥੋਂ ਫਿਰ ਇਸ ਕਾਫਲੇ ਦੀ ਸ਼ਕਲ 'ਚ ਹਿੰਦੁਸਤਾਨ ਆਏ। ਅਸੀਂ ਖੇਮ ਕਰਨ ਵਾਲਾ ਬਾਰਡਰ ਪਾਰ ਕੀਤਾ ਸੀ, ਖੇਮ ਕਰਨ ਵਾਲੀ ਸਾਈਡ ਤੋਂ ਆਏ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹਿੰਦੁਸਤਾਨ 'ਚ ਆ ਕੇ ਬਥੇਰੇ ਧੱਕੇ ਤੋੜੇ ਖਾਧੇ। ਅਸੀਂ ਫਿਰ ਕਿਸੇ ਵਜ੍ਹਾ ਨਾਲ 1963 ਇੱਥੇ ਜਗ੍ਹਾ ਲੈ ਲਈ, ਲੁਧਿਆਣੇ ਇੱਥੇ ਆ ਗਏ, ਗੁਰੂ ਤੇਗ ਬਹਾਦਰ ਹਸਪਤਾਲ ਦੇ ਸਾਹਮਣੇ। ਠੀਕ ਹੈ ਜੀ। ਉਹ ਜਗ੍ਹਾ ਅਪਰੂਵਮੈਂਟ ਵਾਸਤੇ ਇਨਕੁਆਇਰ ਕੀਤੀ ਸੀ। ਠੀਕ ਹੈ ਜੀ। ਆਪਣੀ ਗੌਰਮੈਂਟ ਜੇ ਇਹਨੂੰ ਰਜਿਸਟਰੀ ਭਾਵਾਂ ਘੰਟਾ ਘਰ ਦੀ ਕਰਾ ਲਓ, ਮਗਰੋਂ ਕਹਿਣਗੇ ਜੀ ਇਹ ਤਾਂ ਗੌਰਮੈਂਟ ਦਾ ਹੈ। ਅਤੇ ਉਹ ਫਿਰ ਸਾਡੇ ਕੋਲ ਕਹਿਣ ਜੀ ਜਗ੍ਹਾ ਇਨਕੁਆਇਰ ਹੋਈ, ਉਹ ਕੇਸ ਚੱਲਦਾ ਰਿਹਾ। 11 ਜੂਨ 1968 ਵਾਲੇ ਦਿਨ ਉਹ ਆ ਕੇ ਢਾ ਗਏ। ਫਿਰ ਅੱਜ ਜਿੱਥੇ ਆਪਾਂ ਬੈਠੇ ਹਾਂ, ਇਹ 540 ਗਜ਼ ਦਾ ਜਗ੍ਹਾ ਸੀ। ਅੱਛਾ ਜੀ। ਇਹ ਕਿਹੜੇ ਸਮੇਂ 'ਚ ਲਈ ਜੀ ਤੁਸੀਂ? ਇਹ ਅਸੀਂ ਲਈ 11 ਜੂਨ 1968 ਵਾਲੇ ਦਿਨ ਉਹ ਕਬਜ਼ਾ ਲੈ ਗਏ। 5 ਸਾਲ ਕੇਸ ਚੱਲਦਾ ਰਿਹਾ। ਠੀਕ ਹੈ ਜੀ। 11 ਜੂਨ 1968 ਵਾਲੇ ਦਿਨ ਕਬਜ਼ਾ ਲੈ ਗਏ। 12 ਜੂਨ 1968 ਵਾਲੇ ਦਿਨ ਅਸੀਂ ਇੱਥੇ ਲਿਆ ਕੇ ਬਾਹਰ ਦੀ ਦੀਵਾਰ ਕਰਨ ਲੱਗ ਗਏ। ਠੀਕ ਹੈ। ਫਿਰ ਇੱਥੇ ਆ ਗਏ, ਇਸ ਅੱਜ ਤੱਕ ਰਹੀ ਜਾਂਦੇ ਹਾਂ। ਤੁਸੀਂ ਦੱਸ ਦਿਓ ਉੱਧਰ ਵੀ ਆਪਣੇ ਥੋੜ੍ਹੇ ਘਰ ਹੁੰਦੇ ਸੀ ਸਿੱਖਾਂ ਹਿੰਦੂਆਂ ਦੇ, ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀ। ਹਾਂਜੀ। ਫਿਰ ਗੁਰਦੁਆਰਾ ਸਾਹਿਬ ਹੁੰਦਾ ਸੀ ਪਿੰਡਾਂ 'ਚ? ਸਾਡੇ ਪਿੰਡ ਇੱਕ ਪਿੰਡ 'ਚ ਗੁਰਦੁਆਰਾ ਸੀ, 5-4 ਪਿੰਡਾਂ 'ਚ, ਜਿਵੇਂ ਕਮਿਆਣਾ ਚੱਕ ਸੀ, ਨਾਦਰੀ ਦੀ ਚੌਕ, ਬਖਤਾਵਰੇ ਦੀ ਚੌਕ,
ਇਹਨਾਂ ਦੋ ਤਿੰਨਾਂ ਪਿੰਡਾਂ 'ਚ ਠੱਟੇ ਸਿਲਾਬਤ ਸ਼ਾਹ ਦੇ ਗੁਰਦੁਆਰਾ ਆਏ ਸੀ। ਪੰਜਾਂ ਪਿੰਡਾਂ 'ਚ ਸਾਡੇ ਪਿੰਡ ਗੁਰਦੁਆਰਾ ਸੀ। ਉੱਥੇ ਜਦੋਂ ਗੁਰਪੁਰਬ ਦਾ ਮੌਕਾ ਆਉਂਦਾ ਸੀ ਤਾਂ ਉਹ ਉੱਥੇ ਹੀ ਗੁਰਪੁਰਬ ਸਾਂਝਾ ਮਨਾਉਂਦੇ ਸੀ। ਤਿਉਹਾਰ ਵੱਡੇ ਹੁੰਦੇ ਸੀ ਜਾਂ ਛੋਟਾ ਮੋਟਾ ਹੀ ਮਨਾ ਲੈਂਦੇ ਸੀ, ਜਿਵੇਂ ਤੁਸੀਂ ਗੁਰਪੁਰਬ ਦੀ ਗੱਲ ਕਰਦੇ ਹੋ? ਗੁਰਪੁਰਬ ਜਿੰਨੀ ਸੰਗਤ ਔਕਾਤ ਦੇ ਲਿਹਾਜ਼ ਨਾਲ ਪੂਰਾ ਜ਼ੋਰ ਸ਼ੋਰ ਨਾਲ ਮਨਾਉਂਦੇ ਸੀ। ਠੀਕ ਹੈ। ਤੁਸੀਂ ਉਹਨਾਂ ਟਾਈਮਾਂ 'ਚ 47 ਤੋਂ ਪਹਿਲਾਂ ਨਨਕਾਣਾ ਸਾਹਿਬ ਗਏ ਸੀ? ਨਹੀਂ, ਮੈਂ ਪਾਕਿਸਤਾਨ 'ਚ ਰਹਿੰਦਿਆਂ ਗਿਆ, ਜਾ ਹੀ ਨਹੀਂ ਸਕਿਆ। ਹਿੰਦੁਸਤਾਨ 'ਚ ਆ ਕੇ ਗਿਆ। ਅੱਛਾ, ਦੁਬਾਰਾ ਇੱਧਰ ਆ ਕੇ ਫਿਰ ਗਏ? ਹਾਂ, ਫਿਰ ਗਿਆ ਮੈਂ ਤਿੰਨ ਦਾ। ਅੱਛਾ, ਇੱਕ ਤੁਸੀਂ ਪਹਿਲਾਂ ਦੱਸਦੇ ਸੀ ਵੀ ਜਦੋਂ ਤੁਸੀਂ ਉੱਥੋਂ ਚੱਲਣ, ਜਦੋਂ ਇਹ ਰੌਲਾ ਪੈ ਗਿਆ, ਹਾਂ, ਕੋਈ ਤੁਹਾਨੂੰ ਕਹਿੰਦਾ ਸੀ ਵੀ ਅਸੀਂ ਵੱਢਣਾ ਹੀ ਹੈ ਜੀ ਤੁਹਾਨੂੰ? ਹਾਂਜੀ, ਉਹ ਜ਼ਹਿਰਦਾਰ ਬੇਖਾਂ ਕਹਿੰਦਾ ਸੀ। ਅੱਛਾ ਜੀ, ਤੇ ਤੁਹਾਨੂੰ ਕਿਸੇ ਪੀਰ ਜੀ ਨੇ ਫਿਰ ਦੱਸਿਆ ਸੀ? ਪੀਰ ਹੈਦਰ ਸ਼ਾਹ, ਉਹ ਪੀਰ ਨਾਲ ਹੀ ਪਿੰਡ ਠੱਟਾ ਸਿਲਾਬਤ ਸ਼ਾਹ ਦਾ ਪੀਰ ਪਿੰਡ ਸੀ। ਅੱਛਾ ਜੀ, 4 ਕਿਲੋਮੀਟਰ ਦੇ। ਅੱਛਾ ਜੀ, ਉਸੇ ਪੀਰ ਸ਼ਾਬਲ ਸ਼ਾਹ ਦੀ ਗੱਦੀ ਸੀ। ਅੱਛਾ ਜੀ, ਅਤੇ ਪੀਰ ਸ਼ਾਬਲ ਸ਼ਾਹ ਦਾ ਸਰੀਰ ਛੱਡ ਗਏ ਸੀ, ਉਹਨਾਂ ਦਾ ਬੇਟਾ ਸੀ ਪੀਰ ਹੈਦਰ ਸ਼ਾਹ। ਅੱਛਾ ਜੀ, ਉਹਨਾਂ ਨਾਲ ਸਾਡੇ ਸੰਬੰਧ ਸੀ ਸਾਡੇ ਵਡਾਰੂਆਂ ਦੇ, ਸਾਡੇ ਦਾਦਾ ਜੀ ਤੋਂ ਲਾ ਕੇ। ਠੀਕ ਹੈ ਜੀ। ਅਤੇ ਉਹ ਫਿਰ ਸਾਨੂੰ ਸਾਡੀ ਹੈਲਪ ਕਰਕੇ, ਉਹਨਾਂ ਨੇ, ਉਹਨਾਂ ਦੀ ਬਦੌਲਤ ਹੀ ਅਸੀਂ ਹਿੰਦੁਸਤਾਨ ਆਏ। ਅੱਛਾ ਜੀ, ਉਹਨਾਂ ਨੇ ਉਪਰਾਲਾ ਕੀਤਾ, ਸਾਡੀ ਮਦਦ ਉਹਨਾਂ ਨੇ ਕੀਤੀ। ਅੱਛਾ, ਪਿੰਡ ਵਾਲੇ ਲੋਕਾਂ ਨਾਲੋਂ ਵੀ ਉਹਨਾਂ ਨੇ ਜ਼ਿਆਦਾ ਕੀਤਾ। ਓਕੇ ਜੀ। ਉਹਨਾਂ, ਮੈਨੂੰ ਹੁਣ ਸਮਝ ਨਹੀਂ ਆ ਰਹੀ, ਮੈਂ ਉਹਨਾਂ ਨੂੰ ਕਿਵੇਂ ਪੁੱਛਿਆ, ਉਹ ਕੀ ਜਿਵੇਂ ਆਪਣਾ ਉੱਧਰ ਮਸਜਿਦ ਵਗੈਰਾ ਦੇ ਵਿੱਚ ਉਹਨਾਂ ਦਾ ਕੋਈ ਹੁੰਦਾ ਸੀ ਜੀ? ਉਹ ਆਮ ਮਸਜਿਦਾਂ ਦਾ ਹੁੰਦੀਆਂ ਹਨ। ਹਾਂਜੀ ਹਾਂਜੀ, ਲੇਕਿਨ ਉਹ ਪੀਰ ਜਿਵੇਂ ਆਪਾਂ ਕਿਸੇ ਨੂੰ ਗੁਰੂ ਮੰਨ ਲਈਏ, ਠੀਕ ਹੈ, ਉਹ ਮੁਸਲਮਾਨ ਲੋਕ ਪੀਰ ਮੰਨਦੇ ਸੀ। ਅੱਛਾ ਜੀ, ਉਹ ਪੀਰ ਦੇ, ਪੀਰਾਂ ਦੀ ਗੱਦੀ ਦੇ ਨਾਲ ਮਸ਼ਹੂਰ ਸੀ। ਫਿਰ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਜੈਲਦਾਰ ਸਾਹਿਬ ਸੀ ਕੋਈ, ਉਹਨਾਂ ਨੇ ਤੁਹਾਨੂੰ ਚਾਹਿਆ ਵੀ ਮਾਰ ਦੀਏ ਜਾਂ ਕੁਛ ਕਰ ਦੀਏ, ਉਹਨਾਂ ਨੇ ਵੀ ਪੀਰ ਸਾਹਿਬ ਦੀ ਮੰਨੀ ਫਿਰ ਗੱਲ? ਉਹਨਾਂ ਨੇ ਮੰਨੀ ਫਿਰ, ਉਹਨਾਂ ਨੇ ਮੰਨ ਕੇ ਪੀਰ ਸਾਹਿਬ ਦੀ ਮਰਜ਼ੀ ਦੇ ਮੁਤਾਬਕ। ਪੀਰ ਸਾਹਿਬ ਜੀ ਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਚਾਹੁੰਦੇ ਕੀ ਆ, ਅੱਛਾ ਕਿ ਸਾਨੂੰ ਮੰਡੀ ਉੱਪੜਦਾ ਕਰ ਦਿਓ। ਠੀਕ ਹੈ ਜੀ। ਉਹ ਜਦੋਂ ਤੁਰਨ ਲੱਗੇ, ਹਾਂਜੀ, ਅਸੀਂ ਕੁਛ ਨਹੀਂ ਚੱਕਿਆ। ਠੀਕ ਹੈ ਜੀ। ਐਂ ਛੋਟੀ ਤੱਕ ਨਹੀਂ ਚੱਕੀ, ਸੂਈ ਤੱਕ ਨਹੀਂ ਚੱਕੀ, ਜਿੰਦੇ ਲਾਇਆ ਤੇ ਚਾਬੀਆਂ ਪੀਰ ਜੀ ਨੂੰ ਫੜਾ ਦਿੱਤੀਆਂ। ਠੀਕ ਹੈ ਜੀ। ਪੀਰ ਜੀ ਨੇ ਬੇਖਾਂ ਨੂੰ ਫੜਾ ਦਿੱਤੀਆਂ। ਠੀਕ ਹੈ, ਜਿਹੜੇ ਜੈਲਦਾਰ ਸਾਹਿਬ ਸੀ ਜੀ। ਹਾਂ, ਜੈਲਦਾਰ ਸਾਹਿਬ ਨੇ। ਠੀਕ ਹੈ ਜੀ। ਉਹਨੂੰ ਕਹਿਣ ਲੱਗਾ ਵੀ ਆਉਣਾ ਕੋਈ ਨਹੀਂ ਇਹਨਾਂ ਨੇ ਮੇਰੇ ਖਿਆਲ 'ਚ, ਪਰ ਇੱਕ ਮਹੀਨਾ ਇੰਤਜ਼ਾਰ ਕਰਿਓ, ਕੁਛ ਨਾ ਛੇੜਿਓ, ਜੇ ਮਹੀਨੇ ਬਾਅਦ ਨਾ ਆਏ ਤਾਂ ਫਿਰ ਤੁਸੀਂ ਜੋ ਕੁਛ ਮਰਜ਼ੀ ਵੰਡ ਵੰਡਾ ਲਿਓ, ਸਾਨੂੰ ਪਤਾ ਨਹੀਂ ਬਾਅਦ 'ਚ ਕੀ ਹੋਇਆ ਕੀ ਨਹੀਂ ਹੋਇਆ। ਜਿਹੜੇ ਬਾਕੀ ਜਿਹੜੇ ਸੀ ਜੀ ਵੀ ਵਾਪਸ ਆਵਾਂਗੇ ਕਿ ਨਹੀਂ? ਨਹੀਂ, ਸਾਨੂੰ ਤਾਂ ਕੋਈ ਹੈ ਹੀ ਨਹੀਂ ਸੀ, ਉਹ ਤਾਂ ਸਿਰਫ ਉਹਨੇ ਗੱਲ ਬਣਾਈ ਵੀ ਜੇ ਇੱਕ ਮਹੀਨਾ ਤੁਸੀਂ ਇੰਤਜ਼ਾਰ ਕਰਿਓ। ਠੀਕ ਠੀਕ ਹੈ। ਸਾਨੂੰ ਕੋਈ ਆਸ ਨਹੀਂ ਸੀ, ਹਾਲਾਤ ਇਹੋ ਜਿਹੇ ਸੀਗੇ। ਯਾਨੀ ਕਿ ਉੱਥੇ ਸਾਰੇ ਪਿੰਡ 'ਚ ਸਿਰਫ ਇੱਕ ਜੈਲਦਾਰ ਸਾਹਿਬ ਨੇ ਮਾੜਾ ਜਿਹਾ ਤੁਹਾਡੇ ਨਾਲ ਜੇ ਆਪਾਂ ਕਹੀਏ ਧੱਕਾ ਕੀਤਾ, ਬਾਕੀ ਸਾਰੇ ਮੁਸਲਮਾਨਾਂ ਨੇ ਤੁਹਾਡੀ ਮਦਦ ਕੀਤੀ। ਸਾਡੇ ਹੱਕ ਸੀ, ਰਹਿ ਬੋਲੇ ਨਾ, ਹਸਨ ਅਲੀ, ਉਹਦਾ ਨਾਂ ਹਸਨ ਅਲ ਖਾਂ ਸੀ। ਅੱਛਾ ਜੀ। ਅਤੇ ਹਸਨ ਅਲੀ ਵੀ ਕਹਿੰਦੇ ਸੀ। ਠੀਕ ਹੈ ਜੀ। ਅਤੇ ਕੁਰੇਸ਼ੀ ਸੀ। ਠੀਕ ਹੈ ਜੀ। ਉਹ ਨਾਬੂ ਦੀ ਔਲਾਦ ਕਹਿੰਦੇ ਸੀ ਉਹਨਾਂ ਨੂੰ। ਅੱਛਾ ਜੀ। ਹਸਨ ਅਲੀ ਨਾਬੂ ਖਾਂ ਦਾ ਬੇਟਾ ਸੀ, ਉਹ ਚਾਰ ਪਾਸ ਸੀ ਉਹ ਵੀ। ਅੱਛਾ ਜੀ। ਅਤੇ ਉਹਨਾਂ ਨੇ ਸਾਡੀ ਚੰਗੀ ਮਦਦ ਕੀਤੀ। ਠੀਕ ਹੈ ਜੀ। ਅਤੇ ਪੀਰ ਨੂੰ ਵੀ ਬੇਖਾਂ ਨੂੰ ਵੀ ਸਮਝਾਇਆ ਬਈ ਆਪਾਂ ਨਾਲ ਪੀਰ ਦੀ ਤਾਕਤ ਵੱਡੀ ਹੈ, ਆਪਾਂ ਉਹਨਾਂ ਨਾਲ ਨਾ ਵਿਗਾੜੀਏ, ਅਤੇ ਇਹਨਾਂ ਨਾਲ ਵੀ ਆਪਣੀ ਕੀ ਦੁਸ਼ਮਣੀ ਹੈ। ਆਪਾਂ ਜਿਵੇਂ ਕਿ ਜਦੋਂ ਚੱਲੇ ਹੀ ਜਾਣ ਰਸਤੇ, ਸਾਨੂੰ 8-10 ਮੀਲਾਂ 'ਚ 5-7 ਥਾਵਾਂ 'ਤੇ ਮਾਰਨ ਵਾਸਤੇ ਲੋਕ ਉੱਠੇ ਵੀ। ਅੱਛਾ ਜੀ। ਵੀ ਮਾਰ ਲਿਓ। ਠੀਕ ਹੈ ਜੀ। ਪੀਰ ਕਹੇ ਵੀ ਕੀ ਹੈ ਇਹਨਾਂ ਕੋਲ, ਕਿਉਂ ਇਹਨਾਂ ਨੂੰ ਮਾਰਨਾ ਹੈ? ਪੀਰ ਅੱਗੇ ਹੋ ਗਏ, ਕੰਧ ਬਣ ਕੇ ਖੜ੍ਹ ਜਾਂਦਾ ਸੀ ਅਤੇ ਸਾਨੂੰ ਬਚਾ ਕੇ ਮੰਡੀ ਛੱਡ ਗਿਆ। ਠੀਕ ਹੈ। ਜਦੋਂ ਮੰਡੀ ਪਹੁੰਚੇ, ਉਹ ਪੀਰ ਕਹਿਣ ਲੱਗਾ ਵੀ ਜੀ ਗੱਲ ਇਹ ਹੈ ਵੀ ਤੁਹਾਡਾ ਹੁਣ ਇੱਥੇ ਘਰ ਤਾਂ ਹੈ ਕੋਈ ਨਹੀਂ। ਹਾਂਜੀ ਹਾਂ। ਮੈਂ ਜੀ ਦੇ ਘਰ ਜਾਵਾਂ। ਠੀਕ ਹੈ। ਅਤੇ ਤੁਸੀਂ ਗੁਰਦੁਆਰੇ ਜਾ ਕੇ ਸ਼ਰਨ ਲੈਣੀ ਹੈ। ਠੀਕ ਹੈ। ਗੁਰਦੁਆਰਾ ਸਾਹਿਬ ਵੀ ਲੰਗਰ ਪਾਣੀ ਛਕਣਾ, ਉੱਥੇ ਰਾਤ ਟਾਈਮ ਕੱਟਣਾ, ਅਤੇ ਜਾਓ, ਤੁਹਾਡਾ ਅੱਲਾ ਰੱਖਾ, ਅਸੀਂ ਹੁਣ ਵਾਪਸ ਜਾਂਦੇ ਹਾਂ। ਅਸੀਂ ਤਾਂ ਇਹ ਸਮਝਦੇ ਪਏ ਸੀ ਪੀਰ ਦੀ ਉਸ ਆਸ਼ੀਰਵਾਦ ਨਾਲ ਹੀ ਹਿੰਦੁਸਤਾਨ ਸਹੀ। ਅਸੀਂ ਪੀਰ, ਹਾਂ, ਗ੍ਰਿਸ਼ਤੀ ਪੀਰ ਸੀ, ਉਹਨਾਂ ਦੀ ਔਲਾਦ ਦਾ ਮੈਨੂੰ ਨਾਂ ਦਾ ਨਹੀਂ ਪਤਾ, ਉਹਨਾਂ ਦਾ ਬਾਲ ਬੱਚਾ ਹੈਗਾ ਸੀ। ਠੀਕ ਠੀਕ ਹੈ ਜੀ। ਅਤੇ ਚਲੋ, ਜਦੋਂ ਫਿਰ ਆ ਗਏ ਸਾਰਾ ਕੁਛ, ਕੁਛ ਕੋਈ ਫੈਮਿਲੀ ਉੱਧਰ ਵੀ ਰਹਿ ਗਈ ਸੀ ਆਪਣੇ ਸਿੱਖਾਂ ਦੀ ਜਾਂ ਹਿੰਦੂਆਂ ਦੀ? ਹਾਂ, ਰਹਿ ਗਈ ਸੀ, ਜਿਵੇਂ ਹਿੰਦੂ ਇੱਕ ਦੇਵੀ ਦਿਆਲ ਨਾਂ ਦਾ ਸਾਡੇ ਪਿੰਡ ਦਾ ਹੀ ਰਹਿ ਗਿਆ ਸੀ, ਬਾਕੀ ਸਾਡੇ ਇਲਾਕੇ 'ਚ ਘੱਟ ਹੀ ਰਹੇ ਸੀ ਲੋਕ ਆ ਗਏ ਸੀ। ਅਤੇ ਉਹ ਫਿਰ ਉੱਧਰ ਕਿਵੇਂ ਰਹੇ, ਠੀਕ ਠਾਕ? ਦੁਬਾਰਾ ਤੁਸੀਂ ਗਏ ਹੋ ਪਿੰਡ ਆਪਣੇ ਜੀ? ਮੈਂ ਇੱਕ ਵਾਰੀ ਗਿਆ, ਉਸ ਦੇਵੀ ਦਿਆਲ ਤੋਂ ਬਗੈਰ ਕਿਸੇ ਨੂੰ ਨਹੀਂ ਮਿਲਿਆ, ਬਾਕੀ ਮੁਸਲਮਾਨ ਲੋਕ ਸਾਰੇ ਮੈਨੂੰ ਮਿਲਣ ਆਏ। ਅੱਛਾ ਜੀ। ਸਾਡੇ ਬਾਪ ਦਾ ਨਾਂ ਸੀ ਰਾਮ ਸਿੰਘ, ਮੈਂ ਦੋ ਭਰਾਵਾਂ ਤੋਂ ਛੋਟਾ ਸੀ। ਜਦੋਂ ਮੈਂ ਪਾਕਿਸਤਾਨ 'ਚ ਪਹਿਲੀ ਵਾਰੀ ਲਾਹੌਰ ਗਿਆ ਅਤੇ ਮੈਂ ਆ ਕੇ ਇੱਥੋਂ ਚਿੱਠੀ ਲਿਖੀ ਸੀ। ਅੱਛਾ ਜੀ। ਸਾਡੇ ਗੁਆਂਢ ਦੇ ਸਰ ਦੋ ਨੰਬਰ ਸਾਰੀ ਗਰਿਆਲ ਰਹਿੰਦਾ ਸੀ, ਬੜਾ ਉਰਦੂ ਦਾਨ ਸੀ, ਉਹ ਉਰਦੂ ਚੱਲਦਾ ਸੀ, ਮੈਂ ਉਹਦੇ ਕੋਲ ਚਿੱਠੀ ਲਿਖਾ ਕੇ ਉਹਨੂੰ ਪਵਾਈ ਵੀ ਮੈਂ
ਨਨਕਾਣਾ ਸਾਹਿਬ ਆਉਣ ਦੀ ਕੋਸ਼ਿਸ਼ ਕਰੂੰਗਾ, ਜੇ ਮੈਂ ਆਇਆ ਤਾਂ ਮੈਂ ਪਿੰਡ ਆਊਂਗਾ, ਪਿੰਡ ਦੇਖਣਾ ਜੀ। ਅੱਛਾ ਜੀ, ਤੁਸੀਂ ਫਿਰ ਇੱਥੋਂ ਚਿੱਠੀ ਲਿਖੀ ਵੀ ਮੈਂ ਦੁਬਾਰੇ ਆਪਣਾ ਪਿੰਡ ਦੇਖਣਾ ਚਾਹੁੰਦਾ ਜੀ, ਵੀ ਮੈਂ ਨਨਕਾਣਾ ਸਾਹਿਬ ਆਊਂਗਾ, ਮੈਨੂੰ ਮਿਲਣ ਆਇਓ। ਠੀਕ ਹੈ ਜੀ। ਉੱਥੋਂ ਤਕਰੀਬਨ 10 ਬੰਦੇ ਆਏ ਨਨਕਾਣਾ ਸਾਹਿਬ, ਮੁਸਲਮਾਨ ਹੀ ਸਾਰੇ? ਮੁਸਲਮਾਨ ਹੀ ਸਾਰੇ। ਅੱਛਾ ਜੀ। ਮਿਲਣ ਵਾਸਤੇ ਉਹਨਾਂ ਨੇ ਫਿਰ ਮੈਨੂੰ ਜ਼ੋਰ ਪਾਇਆ, ਹਾਂਜੀ, ਵੀ ਤੁਸੀਂ ਪਿੰਡ ਚਲੋ। ਪਿੰਡ 'ਚ ਇਹ ਗੱਲ ਕਹਿੰਦੇ ਸੀ ਵੀ ਜਿਹੜਾ ਵੀ ਆਵੇ ਉਹਨੂੰ ਪਿੰਡ ਜ਼ਰੂਰ ਲੈ ਕੇ ਆਉਣਾ। ਠੀਕ ਹੈ ਜੀ। ਉਦੋਂ ਅਲਾਊਡ ਨਹੀਂ ਸੀ ਦੱਸੇ ਤੋਂ ਬਾਹਰ ਪਿੰਡ ਜਾਣ ਦਾ, ਹੁਣ ਵੀ ਨਹੀਂ ਜਾਣ ਦਿੰਦੇ? ਹਾਂਜੀ। ਅੱਛਾ ਜੀ। ਫਿਰ ਉਦੋਂ ਜਿਹੜਾ ਅਲੀ ਸ਼ੇਰ ਪੜ੍ਹਦਾ ਸੀ ਉਹ ਆਇਆ ਸੀ, ਉਹ ਚੰਗਾ ਜ਼ਿੰਮੇਵਾਰ ਬੰਦਾ ਸੀ। ਉਦੋਂ ਮਹਿਮੂਦ ਸਾਹਿਬ ਸੀ ਵਕਫ ਬੋਰਡ ਦੇ ਚੇਅਰਮੈਨ, ਉਹਨੂੰ ਮਿਲ ਕੇ ਉਹਦੇ ਕੋਲ ਲਿਖਤੀ ਜ਼ਿੰਮੇਵਾਰੀ ਲਈ ਵੀ ਮੈਂ ਆਪਣੀ ਜ਼ਿੰਮੇਵਾਰੀ ਲੈ ਕੇ ਚੱਲਿਆ ਅਤੇ ਇਹ ਤੁਸੀਂ ਇਹਨੂੰ ਜਾਣ ਦਿਓ, ਅਸੀਂ ਪਿੰਡ ਦੇ ਲੋਕ ਮਿਲਣਾ ਚਾਹੁੰਦੇ ਹਾਂ। ਕਿਹੜੇ ਸਾਲ ਦੀ ਗੱਲ ਹੈ ਜੀ? ਕਿਹੜੇ ਸਾਲ ਦੀ? ਇਹ ਸਨ 69 ਦੀ ਗੱਲ ਹੈ, 79 'ਚ। ਹਾਂ, 68 'ਚ ਪਹਿਲੀ ਵਾਰ ਗਿਆ, 69 'ਚ ਮੈਂ ਦੁਬਾਰਾ ਗਿਆ ਨਨਕਾਣਾ ਸਾਹਿਬ, 69। ਠੀਕ ਹੈ, 69 'ਚ। ਠੀਕ ਹੈ। ਅਤੇ ਉਹਨੇ ਫਿਰ ਮਹਿਮੂਦ ਸਾਹਿਬ ਨੂੰ ਲਿਖ ਕੇ ਦਿੱਤਾ, ਮਹਿਮੂਦ ਸਾਹਿਬ ਨੇ ਇਜਾਜ਼ਤ ਦੇ ਦਿੱਤੀ, ਨਾਲ ਇਹ ਵੀ ਗੱਲ ਕਹੀ ਵੀ ਰਾਤ ਨੂੰ ਜ਼ਰੂਰ ਆ ਜਾਵੇ। ਅੱਛਾ, ਦਿਨੇ ਦਿਨੇ ਸਿਰਫ ਤੁਹਾਨੂੰ ਜਾਣ ਦਿੱਤਾ? ਅੱਛਾ, ਅਸੀਂ 100 ਮੀਲ ਸਫ਼ਰ ਸੀ, 11 ਵਜੇ ਟ੍ਰੇਨ ਚੱਲੀ, 1 ਵਜੇ ਅਸੀਂ ਮੰਡੀ ਪਹੁੰਚੇ। ਉਹਨੇ ਕਾਰ ਲਿਆਂਦੀ, ਕਾਰ ਅਸੀਂ ਜਦੋਂ ਪਿੰਡ ਜਾਣਗੇ ਰਾਹ 'ਚ ਖਰਾਬ ਹੋ ਗਈ, ਫਿਰ ਛੱਡ ਕੇ ਫਿਰ ਆਇਆ ਵਿਚਾਰਾ, ਫਿਰ ਜੀਪ ਲੈ ਕੇ ਗਿਆ। ਸ਼ਾਮ ਨੂੰ 5 ਵਜੇ ਟ੍ਰੇਨ ਚੱਲਦੀ ਸੀ ਉੱਥੋਂ ਮੰਡੀਓਂ, ਉਹ 'ਤੇ ਮੈਂ ਆਉਣਾ ਸੀ, 5 ਸਾਨੂੰ ਪਿੰਡ ਹੀ ਵੱਜ ਗਏ। ਅੱਛਾ ਜੀ। ਉਹਦਾ ਬਾਪ ਫਿਰ ਕਹਿਣ ਲੱਗਾ ਵੀ ਛੱਡ ਕੇ ਆਉਣਾ ਹੈ, ਵੀ ਤੂੰ ਨਾਲ ਜਾਈਂ ਨਨਕਾਣਾ ਸਾਹਿਬ ਤੱਕ, ਬੱਸ ਦਾ ਸਫ਼ਰ ਹੈ। ਰਾਹ 'ਚ ਇੱਕ ਵਾਰੀ ਖਿੱਚੀਆਂ ਜੋਈਆਂ ਦੀਆਂ, ਮੁਸਲਮਾਨਾਂ ਦੇ ਪਿੰਡਾਂ ਦਾ ਨਾਂ ਸੀ, ਉੱਥੋਂ ਬਸ ਬਦਲਣੀ ਸੀ। ਉਹ ਕਹਿੰਦਾ ਮੈਂ ਖਿੱਚੀਆਂ ਤੋਂ ਵਾਪਸ ਆ ਜਾਊਂ, ਕਹਿੰਦਾ ਕਿ ਬਿਲਕੁਲ ਨਹੀਂ, ਤੂੰ ਨਨਕਾਣਾ ਸਾਹਿਬ ਜਾਈ, ਇਹਨਾਂ ਨੂੰ ਛੱਡ ਕੇ ਅਤੇ ਸਵੇਰੇ ਆਈ। ਠੀਕ ਹੈ ਜੀ। ਉਹ ਮੇਰੇ ਨਾਲ ਨਨਕਾਣਾ ਸਾਹਿਬ ਤੱਕ ਆਇਆ। ਜਦੋਂ ਦੂਜੀ ਵਾਰੀ ਗਏ ਉਦੋਂ ਤਾਂ ਕੋਈ ਧੱਕਾ ਨਹੀਂ ਹੋਇਆ ਕਿਸੇ ਪਾਸੇ ਜੀ? ਜਦੋਂ 69 'ਚ ਗਏ ਹੋ ਤੁਸੀਂ, ਉਦੋਂ ਪਹਿਲੀ ਵਾਰ ਤਾਂ ਮੈਂ ਲਾਹੌਰ 'ਚ ਸੀ, ਚੱਕਰ ਲਾ ਕੇ ਆ ਗਏ। ਜਦੋਂ ਤੁਸੀਂ ਪਿੰਡ ਗਏ ਤੁਸੀਂ ਕਹਿੰਦੇ ਵੀ ਰਾਤ ਨੂੰ ਲੇਟ ਹੋ ਗਏ ਸੀ ਜੀ, ਮੈਂ ਤੁਹਾਨੂੰ ਦੱਸਦਾ ਬਈ ਬੜੀ ਇੱਜ਼ਤ ਮਾਰਨਾ, ਜਦੋਂ ਤੁਸੀਂ ਬੱਸ 'ਚ ਬੈਠੇ, ਹਾਂਜੀ, ਹਰ ਬੰਦਾ ਸਵਾਲ ਕਰਦਾ ਸੀ ਸਰਦਾਰ ਜੀ ਕਿੱਧਰ ਆਏ ਹਾਂ। ਅੱਛਾ ਜੀ। ਉਹਨਾਂ ਨੂੰ ਦੱਸਣਾ ਵੀ ਅਸੀਂ ਜਲਸੇ ਨਾਲ ਆਏ ਸੀ, ਪਿੰਡ ਮਿਲਣ ਵਾਸਤੇ ਗਏ ਸੀ। ਠੀਕ ਹੈ। ਇਹਨਾਂ ਕਿਸੇ ਨੇ ਠੰਡਾ ਲਿਆਉਣਾ, ਕਿਸੇ ਨੇ ਫਰੂਟ ਲਿਆਉਣਾ, ਕੰਡਕਟਰ ਨੇ ਟਿਕਟ ਦੇ ਪੈਸੇ ਨਹੀਂ ਲਏ। ਅੱਛਾ ਜੀ। ਸਨ ਅਸੀਂ ਫਰੀ ਆਏ ਹਾਂ। ਹਾਂਜੀ। ਫਿਰ ਜਦੋਂ ਅਸੀਂ ਆਏ ਅਤੇ ਉਹਨੂੰ ਮੈਂ ਕਿਹਾ ਵੀ ਹੁਣ ਗੱਲ ਸੁਣੋ ਅਲੀ ਸ਼ੇਰ, ਤੂੰ ਸਾਡੇ ਕੋਲ ਲਓ ਆਇਆ ਲੰਗਰ ਪਾਣੀ ਛੱਕ ਕੇ ਪੈ ਜਾ, ਮੈਂ ਕਹਿ ਦਿੰਦਾ। ਉਹ ਕਹਿੰਦਾ ਨਹੀਂ, ਇੱਥੇ ਇੱਕ ਰਫੀਕ ਆਟੋ ਸਟੋਰ ਦੁਕਾਨ ਹੈ। ਠੀਕ ਹੈ ਜੀ। ਮੈਂ ਉਹ ਮੇਰਾ ਯਾਰ ਮਿੱਤਰ ਹੈ, ਮੈਂ ਉਹ ਚਲੇ ਜਾਣਾ ਨਨਕਾਣਾ ਸਾਹਿਬ 'ਚ। ਹਾਂ, ਉਹ ਫਿਰ ਉਹਦੇ ਕੋਲ ਰਾਤ ਰਹਿ ਕੇ, ਪਤਾ ਨਹੀਂ ਮੈਨੂੰ ਮੁੜ ਕੇ ਨਹੀਂ ਮਿਲਿਆ। ਅੱਛਾ, ਉਹ ਜਿਹੜੇ ਅਲੀ ਸ਼ੇਰ ਉਹਨੇ ਦੇ ਤੁਸੀਂ ਗੱਲ ਕਰਦੇ, ਉਹ ਕਦੇ ਇੱਥੇ ਆਏ ਤੁਹਾਨੂੰ ਮਿਲਣ? ਨਹੀਂ, ਆਏ ਨਹੀਂ, ਮੌਕਾ ਨਹੀਂ ਬਣਿਆ। ਅੱਛਾ ਜੀ। ਉਦੋਂ ਅਸੀਂ ਮੈਂ ਪਹਿਲਾਂ ਗੱਲ ਹੋ ਗਈ, ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਕਿਸੇ ਪ੍ਰੋਗਰਾਮ 'ਚ ਕੋਈ ਤੁਹਾਡੇ ਕਿਸੇ ਬੱਚੇ ਦੀ ਸ਼ਾਦੀ ਹੋਵੇ, ਉਹ ਵਿਆਹ ਦਾ ਕਾਰਡ ਭੇਜਿਓ ਅਤੇ ਅਸੀਂ ਉਹ ਕਾਰਡ ਵਿਖਾ ਕੇ ਵੀਜ਼ਾ ਲਵਾ ਮਿਲ ਜਾਊਗਾ। ਜਦੋਂ ਵਿਆਹ ਤੋਂ ਪਹਿਲਾਂ ਮੇਰੀ ਬੇਟੀ ਦਾ ਸਨ 8 ਮਈ 1983 ਨੂੰ ਸ਼ਾਦੀ ਹੋਈ ਹੈ। ਅੱਛਾ ਜੀ। ਉਹ ਜਦੋਂ 83 ਤੋਂ ਪਹਿਲਾਂ ਇੱਕ ਦਿਨ ਪੁਲਿਸ ਦਾ ਸਿਪਾਹੀ ਸਾਡੇ ਘਰ ਆ ਗਿਆ ਇਨਕੁਆਇਰੀ ਕਰਨ ਵਾਸਤੇ, ਵੀ ਤੁਹਾਨੂੰ ਉੱਧਰੋਂ ਚਿੱਠੀਆਂ ਆਉਂਦੀਆਂ। ਠੀਕ ਹੈ ਜੀ। ਫਿਰ ਮੈਂ ਉਹ ਵਿਆਹ ਦੀ ਚਿੱਠੀ ਵੀ ਨਹੀਂ ਭੇਜੀ, ਮੈਂ ਕਿਹਾ ਚੱਕਰ ਪੈ ਪੈਂਦਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਨਹੀਂ, ਫਿਰ ਬਹੁਤ ਵਾਰੀ ਮਨ ਬਣਿਆ ਐਸ ਕਿ ਬਿਲਕੁਲ ਖਿਆਲ ਸੀ ਜਿਹੜੇ ਭਾਈ ਸਾਹਿਬ ਹਸਪਤਾਲ ਦਾਖਲ ਰਹਿਣ, ਉਹ ਵੀ ਕਹਿੰਦੇ ਸੀ ਮੈਂ ਪਿੰਡ ਦੇਖ ਕੇ ਆਉਣਾ, ਆਪਾਂ ਚੱਲੀਏ। ਹੁਣ ਤੁਸੀਂ ਆਖਰੀ ਵਾਰੀ ਕਦੋਂ ਗਏ ਸੀ ਜੀ ਪਾਕਿਸਤਾਨ? ਮੈਂ ਸਨ 70 'ਚ, 68, 69, 70 ਤਿੰਨ ਸਾਲ ਜਾਂਦਾ ਰਿਹਾ। ਉਸ ਤੋਂ ਬਾਅਦ ਕਦੇ ਨਹੀਂ ਗਏ? ਫਿਰ ਨਹੀਂ ਗਏ। ਫਿਰ ਵੀ ਹੁਣ ਇਹ ਲਾ ਲਓ ਵੀ 40-50 ਸਾਲ ਹੋ ਗਏ। 47 ਸਾਲ ਹੋ ਗਏ। 47 ਸਾਲ ਹੋ ਗਏ। ਹਾਂਜੀ। ਅਤੇ ਹੁਣ ਉੱਧਰਲੇ ਕੋਈ ਹੈ ਕਿਸੇ ਦਾ ਯਾਦ ਚੇਤਾ ਜੀ ਅਲੀ ਸ਼ੇਰ ਉਹਨਾਂ ਦੇ ਅੱਗੇ ਬੱਚਿਆਂ 'ਚੋਂ ਕਿਸੇ ਦਾ ਕੋਈ ਹੋਵੇ ਪਤਾ? ਇੱਕ ਵਾਰੀ ਗਏ, ਇੱਕ ਦਿਹਾੜੀ ਕੱਟੀ ਹੈ, ਉਹ ਬੱਚੇ ਸਾਨੂੰ ਜਾਣ, ਜੇ ਜਾ ਕੇ ਸ਼ੋਅ ਕਰੀਏ। ਹਾਂਜੀ ਹਾਂ, ਜ਼ਰੂਰ ਪਛਾਣ ਲੈਣਗੇ ਜੀ, ਜ਼ਰੂਰ ਸੰਭਾਲਣਗੇ। ਠੀਕ ਹੈ। ਜਿਸ ਮਕਾਨ 'ਚ ਅਸੀਂ ਰਹਿੰਦੇ ਸੀ, ਅਸੀਂ ਆਏ ਹਾਂ ਉੱਠ ਕੇ, ਉੱਥੇ ਹੁਸ਼ਿਆਰਪੁਰ ਦੇ ਗੁੱਜਰ ਬੈਠੇ ਸੀ ਉਸ ਮਕਾਨ 'ਚ, ਮੈਂ ਉਸ ਮਕਾਨ ਆਪਦਾ ਵੇਖਣ ਗਿਆ ਅਤੇ ਉਹ ਕਹਿੰਦੇ ਜੀ ਆਓ ਜੀ ਐਨ ਬੈਠੋ। ਮੈਂ ਕਿਹਾ ਜੀ ਇਹ ਸਾਡਾ ਸੀ, ਹੁਣ ਤੁਹਾਡਾ। ਹਾਂਜੀ ਹਾਂ, ਬਿਲਕੁਲ। ਉਹਨਾਂ ਨੇ ਚੰਗੀ ਜਿਹੀ ਸਮਾਨ ਚਾਹ ਪਾਣੀ ਪੁੱਛਿਆ, ਪਰ ਮੈਂ ਚਾਹ ਅਲੀ ਸ਼ੇਰ ਘਰੋਂ ਪੀਤੀ। ਜਦੋਂ ਗਏ ਤਾਂ ਉਹ ਕਹਿਣ ਲੱਗਾ ਵੀ ਸਾਡੇ ਹੱਥਾਂ ਦੀ ਬਣੀ ਚਾਹ ਪਿਆ, ਅਸੀਂ 3 ਬੰਦੇ ਸੀ। ਅੱਛਾ। ਗਏ, ਮੈਂ ਕਿਹਾ ਜੋ ਤੁਹਾਡੇ ਹੱਥਾਂ ਨੂੰ ਕੀ ਹੋਇਆ, ਲਿਆਓ ਜੋ ਮਰਜ਼ੀ ਲਿਆਓ ਬਣਾ ਕੇ, ਅਸੀਂ ਖਾ ਪੀ ਲਵਾਂਗੇ। ਠੀਕ, ਅਸੀਂ ਉਹਨਾਂ ਘਰੋਂ ਚਾਹ ਪੀ ਕੇ ਆਏ ਹਾਂ। ਅਤੇ ਹੁਣ ਤੁਹਾਡਾ ਮਨ ਬਣਦਾ ਜੀ ਦੁਬਾਰਾ ਜਾਣ ਦਾ? ਜਾਣ ਦਾ ਕਈ ਵਾਰੀ ਬਣਿਆ, ਲੇਕਿਨ ਮੌਕਾ ਹੀ ਨਹੀਂ ਬਣਿਆ, ਕੋਈ ਇਹੋ ਚਾਂਸ ਨਹੀਂ। ਸਫ਼ਰ 10 ਦਿਨ ਦਾ ਹੁੰਦਾ ਸੀ। ਠੀਕ ਹੈ ਜੀ।
ਦੂਜੇ ਸ਼ਹਿਰ ਜਾਣ ਵੈਸੇ ਦਿਲੋਂ ਮਨ ਹੁੰਦੀ ਹੈ ਜੀ ਵੀ ਆਪਣੇ ਪੁਰਾਣੇ ਜਿੱਥੇ ਅਸੀਂ ਜੰਮੇ ਪਲੇ ਇੱਕ ਖਿੱਚ ਹੁੰਦੀ ਹੈ ਦਿਲੋਂ ਉਹ ਹੈ ਜੀ। ਦੇਖੋ ਜੀ ਹੁਣ ਬੁਢਾਪੇ ਦੇ ਲਿਆ ਦੇਣਾ ਹੁਣ ਤਾਂ ਹਰ ਗੱਲ ਖੁਆਇਸ਼ ਖਤਮ ਹੁੰਦੀ ਜਾਂਦੀ ਹੈ ਲੇਕਿਨ ਹੁਣ ਤਾਂ ਅੱਜ ਜਿੰਨਾ ਸਰੀਰ ਜੋਸ਼ ਸੀ ਉਦੋਂ ਯਾਦ ਆਉਂਦਾ ਰਿਹਾ। ਠੀਕ ਹੈ ਜੀ ਜਾਣਾ ਫਿਰ ਵੀ ਉਹਨਾਂ ਦੇ ਦੋਸਤ ਮਿੱਤਰਾਂ ਦੇ ਕੋਲੇ ਜਾਣਾ। ਹਾਂ ਦੋਸਤ ਮਿੱਤਰ ਤਾਂ ਸਾਡੇ ਹਾਣੀ ਪਾਣੀ ਤਾਂ ਕੋਈ ਹੋਣਾ ਨਹੀਂ। ਠੀਕ ਹੈ ਜੀ ਅਸੀਂ ਨਾ ਇਹਦਾ ਪ੍ਰੋਗਰਾਮ ਦਾ ਨਾਮ ਰੱਖਿਆ ਸੀ ਵੀ ਜਿਹੜੀ 47 'ਚ ਹੋਈ ਸੀ ਉਦੋਂ ਪੰਜਾਬ ਨੂੰ ਵੰਡਿਆ ਗਿਆ ਸੀ ਕਿ ਪੰਜਾਬ ਨੂੰ ਵੱਢਿਆ ਗਿਆ ਸੀ ਤੁਹਾਨੂੰ ਕੀ ਲੱਗਦਾ ਜੀ ਇਹ ਚੀਜ਼ ਵੀ ਪੰਜਾਬ ਦੀ ਵੰਡ ਹੋਈ ਸੀ ਉਦੋਂ ਕਿ ਪੰਜਾਬ ਨੂੰ ਵੱਢਤਾ ਸੀ ਜੀ ਇਹਨਾਂ ਨੇ? ਨਹੀਂ ਦੇਖੋ ਜੀ ਉਹਨਾਂ ਦੇ ਮੁਤਾਬਕ ਪੰਜਾਬ ਤਕਸੀਮ ਹੋਇਆ ਸੀ। ਠੀਕ ਹੈ ਜੀ ਕਿਉਂਕਿ ਪਹਿਲਾਂ ਅੰਗਰੇਜ਼ ਇੱਕ ਚਲਾਕ ਆਦਮੀ ਸੀ ਉਹਨਾਂ ਪਹਿਲਾਂ ਮਿਸਟਰ ਜਿਨਾਹ ਨੂੰ ਬੁਲਾਇਆ ਕਿਉਂਕਿ ਉਸ ਦਾ ਲੀਡਰ ਲਿਆਕਤ ਅਲੀ ਜਿਹਦਾ ਨਾਂ ਸੀ ਜਿਨਾਹ ਕਹਿੰਦੇ ਸੀ ਅਤੇ ਜਿਨਾਹ ਨੂੰ ਪੁੱਛਣ ਲੱਗਾ ਵੀ ਤੇਰਾ ਕੀ ਵਿਚਾਰ ਹੈ ਜਿਹੜੀ ਗੱਲ ਸੁਣਨੀ ਚਾਹੀਦੀ। ਸਾਡੇ ਕੋਲ ਇੱਕ ਬਜ਼ੁਰਗ ਰਹਿੰਦਾ ਸੀ ਹੋ ਗਏ 15-20 ਦਿਨ ਚੜ੍ਹਾਈ ਕਰਕੇ ਤਹਿਸੀਲਦਾਰ ਰਿਟਾਇਰ ਸੀ ਉਹ ਕਹਿੰਦਾ ਸੀ ਬਈ ਮਿਸਟਰ ਜਿਨਾਹ ਨੇ ਇਹ ਜਵਾਬ ਦਿੱਤਾ ਸੀ ਵੀ ਮੈਨੂੰ ਇੱਕ ਮੁਸਲਮਾਨ ਸਟੇਟ ਦੇ ਰੇਸ਼ੋ ਦੇ ਲਿਹਾਜ਼ ਨਾਲ ਠੀਕ ਹੈ ਜੀ ਚਾਹੇ ਮੈਨੂੰ ਕਮੀਜ਼ ਦੇ ਬਟਨ ਜਿੰਨੀ ਜਗ੍ਹਾ ਆਵੇ। ਠੀਕ ਹੈ ਜੀ ਉਹਨੇ ਫਿਰ ਵਾਹਗਾ ਪੁਰਾਣਾ ਤੋਂ ਲੈ ਕੇ ਤਰਾ ਖੈਬਰ ਦੇ ਹੱਦ ਤੱਕ ਉਹਨੂੰ ਸਟੇਟ ਦੇ ਦਿੱਤੀ। ਠੀਕ ਹੈ ਅਤੇ ਉਹਦੇ ਲਿਹਾਜ਼ ਨਾਲ ਫਿਰ ਆਉਣਾ ਜਾਣਾ ਪਿਆ ਇੱਧਰ। ਹਾਂਜੀ ਹਾਂ ਨਹੀਂ ਅਸਲ 'ਚ ਗੱਲ ਇਹ ਹੋਈ ਸੀ ਦੇਖੋ ਜਿਵੇਂ ਇੱਕ ਤਾਂ ਇਹ ਸੀ ਵੀ ਮੁਸਲਮਾਨ ਸਿੱਖ ਅਤੇ ਹਿੰਦੂਆਂ ਦੀ ਜਿਹੜੀ ਕਮਿਊਨਿਟੀ ਸੀ ਉਹ ਪੰਜਾਬ 'ਚ ਹੀ ਮਿਕਸ ਸੀ ਰਾਜਸਥਾਨ 'ਚ ਹੈ ਨਹੀਂ ਸੀ ਮੁਸਲਮਾਨ ਜੀ ਪਰਲੇ ਪਾਸੇ ਜੀ ਆਪਾਂ ਬਲੋਚਿਸਤਾਨ ਚਲੇ ਜਾਈਏ ਉੱਥੇ ਸਿੱਖ ਨਹੀਂ ਸੀ ਹੈਗੇ ਆਪਣੇ ਵੈਸੇ ਸਿੱਖ ਤਾਂ ਹੋਊਗਾ ਤਾਂ ਕੋਈ ਵਿਰਲਾ ਮਾਂ ਜਾਊਗਾ। ਹਾਂ ਜੀ ਹਾਂ ਪਿਸ਼ੌਰ ਸਾਈਡ ਬਹੁਤ ਘੱਟ ਸਿੱਖ ਸੀ। ਹਾਂ ਪਿਸ਼ਾਵਰ 'ਚ ਤਾਂ ਸਿੱਖ ਸੀਗੇ ਕਿੰਨੇ ਕੁ ਸੀ ਜੀ ਘਰ ਉੱਥੇ? ਦੇਖੋ ਜੀ ਅੱਛਾ ਮੈਨੂੰ ਇੱਕ ਮੈਂ ਇਹ ਵੀ ਭੁੱਲ ਜਾਂਦਾ ਪਿਸ਼ੌਰ ਸੀ ਜਿਹੜਾ ਇਹ ਪੰਜਾਬ ਦਾ ਹਿੱਸਾ ਸੀ ਇੱਕ ਨਾਰਦਰਨ ਫਰੰਟੀਅਰ ਇਹਦਾ ਉਹ ਫਰੰਟੀਅਰ ਦਾ ਹਿੱਸਾ ਸੀ। ਠੀਕ ਠੀਕ ਹੈ ਜੀ ਉੱਧਰ ਮੋਸਟਲੀ ਆਪਣਾ ਖਾਨ ਜਿਹੜੇ ਹੈ ਨਾ ਰਾਵਲ ਪਿੰਡੀ ਤੋਂ ਪਰੋਂ ਨੇੜੇ ਹੀ ਫਰੰਟੀਅਰ ਸ਼ੁਰੂ ਹੋ ਜਾਂਦਾ ਸੀ। ਠੀਕ ਹੈ ਅਤੇ ਫਰੰਟੀਅਰ ਦੇ ਲੋਕ ਉਹਨਾਂ ਦੀ ਬੋਲੀ ਅਤੇ ਉਹਨਾਂ ਦਾ ਪਹਿਰਾਵਾ ਵੀ ਵੱਖਰਾ ਹੀ ਸੀ। ਹਾਂ ਉੱਧਰ ਪਠਾਨ ਸੀ ਸਾਰੇ ਤਕਰੀਬਨ ਵੰਡ ਤਾਂ ਮੇਨਲੀ ਜਾਂ ਤਾਂ ਪੰਜਾਬ ਦੇ ਵਿੱਚ ਵੰਡ ਹੋਈ ਸੀ ਜਾਂ ਬੰਗਾਲ ਦੇ ਵਿੱਚ ਜਿੰਨਾ ਹੋਇਆ ਜੀ ਬੰਗਾਲ ਦੇ ਵਿੱਚ ਮੁਸਲਮਾਨ ਭਾਈਆਂ ਦਾ ਬਹੁਤ ਜ਼ਿਆਦਾ ਹੋਇਆ ਸੀ ਉੱਥੇ ਵੀ ਇੱਥੇ ਵੀ ਚਲੋ ਹੋਇਆ ਆਪਣਾ ਸਿੱਖਾਂ ਦਾ ਅਤੇ ਮੁਸਲਮਾਨਾਂ ਦਾ ਅਤੇ ਚਲੋ ਬਹੁਤ ਵਧੀਆ ਬਾਪੂ ਜੀ ਤੁਸੀਂ ਗੱਲਾਂ ਸੁਣਾਈਆਂ ਕਿਉਂਕਿ ਹੁਣ ਤੁਸੀਂ ਸਾਡੇ ਕੋਲ ਆਖਰੀ ਪੀੜ੍ਹੀ ਹੋ ਜਿਹਨਾਂ ਤੁਸੀਂ ਇਹ ਚੀਜ਼ਾਂ ਪੁੱਛ ਸਕਦੇ ਹਾਂ ਅਸੀਂ ਕੱਲ੍ਹ ਨੂੰ ਭੁੱਲ ਜਾਣਾ ਸਾਡੇ ਬੱਚਿਆਂ ਨੇ ਜਮਾਂ ਹੀ ਭੁੱਲ ਜਾਣਾ ਵੀ ਕਦੇ ਵੰਡ ਹੋਈ ਸੀ 47 ਦੇ ਵਿੱਚ ਜਾਂ ਅਸੀਂ ਅੱਜ ਇੱਕ ਬੰਦੇ ਨਾਲ ਗੱਲ ਹੋਈ ਹਸਪਤਾਲ 'ਚ ਹਾਂਜੀ ਉਹਦੇ 2 ਬੇਟੇ ਸੀ ਅਤੇ ਉਹ ਬਾਹਰ ਚਲੇ ਗਏ ਬਹੁਤ ਚੰਗੀ ਸੈਟਿੰਗ ਹੋ ਗਈ ਉਹਨਾਂ ਦੇ ਦੋਹਾਂ ਬੱਚਿਆਂ ਦੀ ਸ਼ਾਦੀ ਵੀ ਬਾਹਰ ਹੀ ਉਹਦੇ ਲੜਕੀਆਂ ਨਾਲ ਹੋ ਗਈ। ਠੀਕ ਹੈ ਗੱਲਾਂ ਕਰਦੇ ਸੀ ਵੀ ਜਿਹੜੀ ਮੇਰੀ ਛੋਟੀ ਨੂੰਹ ਹੈ ਉਹਦੀ ਇੰਡੀਅਨ 6.5 ਲੱਖ ਰੁਪਏ ਮਹੀਨੇ ਤਨਖਾਹ ਹੈ। ਅੱਛਾ ਜੀ ਐਡਾ ਸੈੱਟ ਹੋਇਆ ਮੁੰਡਾ ਅਤੇ ਬਿਲਕੁਲ ਸਾਦਾ ਜਿਹਾ ਸੀ ਉਮਰ ਉਹਦੀ ਹੀ 10 June 1960 'ਚ ਮੇਰਾ ਵਿਆਹ ਹੋਇਆ। ਅੱਛਾ ਜੀ ਸਮਝ ਲਓ 40-57 ਸਾਲ ਹੋ ਗਏ। ਹਾਂਜੀ ਉਹ ਉਦੋਂ 5-6 ਸਾਲਾਂ ਦਾ ਸੀ ਉਹਦੀ 60-65 ਸਾਲ ਦੀ ਉਮਰ ਹੋ ਗਈ ਉਹਦਾ ਨਾਂ ਹਰਿੰਦਰ ਹੈ। ਹਾਂ ਵੀ ਗੱਲ ਸੁਣ ਲਾ ਤੇਰੇ ਮੁੰਡਿਆਂ ਨੇ ਹੁਣ ਕੀ ਆਉਣਾ ਦੋ ਮੁੰਡੇ ਸੀ ਦੋਵੇਂ ਉੱਧਰ ਬਹਿ ਗਏ ਉਹ ਕਹਿੰਦਾ ਜੀ ਸਾਨੂੰ ਜਾਣਾ ਪੈਣਾ ਮੈਂ ਕਿਹਾ ਗੱਲ ਸੁਣ ਲੋਕ ਉਹ ਕਹਿਣਗੇ ਬਈ ਸਾਡੇ ਵਡਾਰੂ ਹਿੰਦੁਸਤਾਨ 'ਚ ਆਇਆ ਸੀ ਕਿਉਂਕਿ ਤੁਹਾਡੀ ਰਾਜ ਉੱਧਰ ਸੈੱਟ ਹੋ ਜਾਣਾ ਚੰਗੀ ਸੈੱਟ ਹੋ ਗਈ ਅਤੇ ਉਹ ਕਹਿਣਗੇ ਵੀ ਅਸੀਂ ਇੱਥੋਂ ਵਿਛਿੰਦੇ ਨਹੀਂ ਸਾਡੇ ਵਡਾਰੂ ਹਿੰਦੁਸਤਾਨ 'ਚ ਆਇਆ ਸੀ ਇਹੀ ਗੱਲ ਸਾਡੇ ਨਾਲ ਬਣਦੀ ਹੈ ਜਿਵੇਂ ਅਸੀਂ ਕਹਿ ਜਿਵੇਂ ਸਾਡੇ ਬੱਚੇ ਕਹਿਣਗੇ ਸਾਡੇ ਵਡਾਰੂ ਪਾਕਿਸਤਾਨ ਤੋਂ ਆਏ ਸੀ ਪਰ ਉਹੀ ਹੈ ਜੀ ਅੱਗੇ ਨੂੰ ਸਾਰੇ ਭੁੱਲਦੇ ਜਾਂਦੇ ਆ ਜੀ ਕਹਾਣੀਆਂ ਪਤਾ ਹੀ ਨਹੀਂ ਲੱਗਣੀਆਂ ਅਸਲ ਤਾਂ ਸਰਦਾਰ ਸਰਲੋਚਨ ਸਿੰਘ ਨਵਾਂ ਪੋਚ ਕਹਾਣੀ ਨਾਲ ਸੁਣਦਾ ਅਤੇ ਨਾਲ ਸੁਣਾਉਂਦਾ ਆਪਾਂ ਇਹਨਾਂ ਗੱਲਾਂ ਕੀਤੀਆਂ ਮੇਰਾ ਪੋਤਾ ਉਹਨੂੰ ਕੰਮ ਸੀ ਵਰਨਾ ਉਹ ਗੱਲਾਂ ਸੁਣ ਕੇ ਰਾਜੀ ਸੀ ਉਹ ਤਾਂ ਹੀ ਬਹਿ ਗਿਆ ਸੀ ਕੋਲ। ਠੀਕ ਹੈ ਜੀ ਨਹੀਂ ਉਹਨਾਂ ਨੂੰ ਮੈਂ ਵੀਡੀਓ ਪੋਸਟ ਕਰੂੰਗਾ ਮੈਂ ਤੁਹਾਨੂੰ ਬਕਾਇਦਾ ਲਿੰਕ ਭੇਜੂੰਗਾ ਹੌਂਕਾ ਤਾਂ ਆਉਂਦਾ ਹੋਊਗਾ ਹਾਂ ਹੌਂਕਾ ਤਾਂ ਆਉਂਦਾ ਹੋਊਗਾ ਉਧਰਲੇ ਪਿੰਡ ਨੂੰ ਯਾਦ ਕਰਕੇ ਅਕਸਰ ਗੁਰਮੀਤ ਸਿਆਂ ਜਿੱਥੇ ਜਿਹੜੀ ਜਨਮ ਭੂਮੀ ਹੁੰਦੀ ਬੜੀ ਚੰਗੀ ਚੀਜ਼ ਹੁੰਦੀ ਤੂੰ ਸਮਝਦਾਰ ਬੰਦਾ ਕਹਿੰਦੇ ਜਦੋਂ ਔਰੰਗਜ਼ੇਬ ਮਰਿਆ ਸੀ ਤਾਂ ਉਹਨੇ ਵੀ ਆਪਦੀ ਮਿੱਟੀ ਚੱਕ ਕੇ ਲੈ ਗਿਆ ਸੀ ਕਹਿੰਦਾ ਸੀ ਮੇਰੀ ਜਿੰਦ ਫਨਾਉਣ ਲੱਗੇ ਪਹਿਲਾਂ ਮਿੱਟੀ ਖਿਲਾ ਕੇ ਫਿਰ ਮਿੱਟੀ ਪਾਇਓ ਆਪਦੀ ਦੇਖੋ ਆਪਦੀ ਜਿਹੜੀ ਧਰਤੀ ਹੁੰਦੀ ਹੈ ਗੁਰਮੀਤ ਸਿੰਘ ਠੀਕ ਹੈ ਵੀ ਇੱਥੇ ਕੰਮ ਕਾਰ 'ਚ ਸਮਝ ਗਏ ਪਰਚ ਗਏ ਬੱਚੇ ਸੈੱਟ ਹੋ ਗਏ ਇਹਨਾਂ ਬੱਚਿਆਂ ਨੂੰ ਕੀ ਪਤਾ ਪਾਕਿਸਤਾਨ ਲੈਲਪੁਰ ਕੀ ਸੀ ਅਤੇ ਸਮੁੰਦਰੀ ਕੀ ਸੀ ਇਹਨਾਂ ਦਾ ਪਤਾ ਜਗਰਾਉਂ ਲੁਧਿਆਣਾ ਮੋਗਾ ਖੰਨਾ ਮਲੋਟ ਅਬੋਰ ਫਲਾਨ ਡੀਂਗ ਇਹਨਾਂ ਬੱਚਿਆਂ ਨੂੰ ਨਹੀਂ ਪਤਾ ਲੇਕਿਨ ਇਹ ਗੱਲਾਂ ਸੁਣਦੇ ਹੁੰਦੇ ਹਨ ਕਈ ਵਾਰ ਅਸੀਂ ਕੈਂਪ 'ਚ ਸਾਡੇ ਹਾਣੀ ਪਾਣੀ ਬੁੱਢੇ ਕਈ ਸੀਗੇ ਹੁਣ 2-3 ਹੈਗੇ ਬਾਕੀ ਮਰ ਗਏ ਅਤੇ ਉਹ ਜਦੋਂ ਬਹਿ ਕੇ ਜਾ ਰਹਿਣਾ ਬੋਲੀ ਦਾ ਬੜਾ ਫਰਕ ਹੁੰਦਾ ਸੀ
ਜਿਵੇਂ ਅਸੀਂ ਕਹਿਣਾ ਆਪਾਂ ਕਹਿੰਦੇ ਨਾ ਯਾਰ ਕੀ ਰੌਲਾ ਪਾਇਆ, ਉਹ ਕਹਿੰਦਾ ਕੀ ਡੰਡਾ ਖਰਚੀ ਖੜਾ ਹੈ। ਅੱਛਾ ਉਹ ਜਿਵੇਂ ਆਹ ਗੱਲ ਦੱਸਾਂ, ਉਹ ਕਈ ਵਾਰੀ ਪਾਕਿਸਤਾਨ ਦੀਆਂ ਗੱਲਾਂ ਕਰਦੇ ਸੀ ਨਾ, ਇੱਕ ਦਿਨ ਇੱਥੇ ਆ ਗਏ, ਇੱਥੇ ਬੈਠੇ ਚਾਹ ਪੀਂਦੇ ਸੀ, ਇਹ ਬੜੇ ਬੱਚੇ ਬਾਅਦ ਹੱਸੇ, ਇਹ ਮੇਰੀ ਪੋਤੀ ਮੇਰਾ ਪੋਤਾ, ਇਹ ਕਿਹੜੀ ਭਾਸ਼ਾ ਹੈ? ਮੈਂ ਪਾਕਿਸਤਾਨ ਦੀ ਭਾਸ਼ਾ ਹੈ, ਸਾਨੂੰ ਹਾਲੇ ਆਉਂਦੀ ਹੈ। ਨਹੀਂ ਉਹ ਕਿਹੜੀ ਭਾਸ਼ਾ ਸੀ? ਪੰਜਾਬੀ ਸੀ? ਸੀ ਪੰਜਾਬੀ, ਠੇਠ ਪੰਜਾਬੀ ਸੀ। ਅੱਛਾ ਜੀ। ਹਾਂਜੀ, ਲੇਕਿਨ ਉਹ ਭੱਦੀ ਸੀ ਥੋੜ੍ਹੀ ਜਿਹੀ, ਆਪਣੀ ਪੰਜਾਬੀ ਮਿੱਠੀ ਹੈ। ਨਹੀਂ ਵੈਸੇ ਮੈਂ ਤਾਂ ਜਿੱਥੇ ਤੱਕ ਪੜ੍ਹਦਾ ਜਾਂ ਸੁਣਿਆ ਜੀ, ਉਰਦੂ ਸਭ ਤੋਂ ਮਿੱਠੀ ਮੰਨਦੇ ਉਹਨਾਂ ਦੇ ਅਲਫਾਜ਼। ਦੇਖੋ ਜੀ, ਅਲਫਾਜ਼ ਉਰਦੂ ਜਿਹਨਾਂ ਨੂੰ ਆਉਂਦਾ ਨਾ ਪੂਰਾ, ਹਾਂਜੀ ਹਾਂਜੀ, ਉਹ ਤਾਂ ਉਰਦੂ ਬੋਲ ਕੇ ਅਗਲੇ ਦਾ ਆਪ ਨੇੜੇ ਕਰ ਲੈਂਦੇ, ਦਿਲ ਜਿੱਤ ਲੈਂਦੇ ਜੀ। ਹਾਂਜੀ, ਬਾਕੀ ਦੀ ਗੱਲ ਆਮ ਇੱਕ ਕਿਸੇ ਸਾਹਿਬ ਮੈਂ ਪੜ੍ਹਿਆ ਸੀ, ਨਿਕਲੀ ਪੰਜਾਬੀ ਸੋਹਣੀ ਤਲਵੰਡੀ ਦੀ ਜੂਹ 'ਚੋਂ, ਗੋਰਖ ਦੇ ਟਿੱਲੇ ਵਿੱਚੋਂ, ਪੂਰਨ ਦੇ ਖੂਹ 'ਚੋਂ। ਪੰਜਾਬੀ ਜ਼ਬਾਨ ਤਾਂ ਅਸਲ ਉਹ ਇੱਕੋ ਹੀ ਚੀਜ਼ ਸੀ, ਫਰਕ ਤਾਂ ਹੈ ਨਹੀਂ। ਹੁਣ ਇੱਥੇ ਵੀ ਆਪਣੀ ਬੋਲੀ ਤਾਂ ਸਰਦਾਰ ਤ੍ਰਿਲੋਚਨ ਸਿੰਘ 20 ਮੀਲਾਂ 'ਤੇ ਬਦਲ ਜਾਂਦੀ ਹੈ, ਕੁਛ ਗੱਲ ਨੂੰ ਜਿਵੇਂ ਆਪਾਂ ਕਹਿੰਦੇ ਨੇ ਦਰਮਿਆਨ 'ਚ ਵਿਚਾਲੇ, ਇੱਧਰ ਦੁਆਬੇ ਕਹਿੰਦੇ ਗੱਬੇ, ਇਸ ਤਰ੍ਹਾਂ ਬੋਲੀ 20 ਮੀਲਾਂ 'ਤੇ ਬਦਲ ਜਾਂਦੀ ਹੈ, ਹੈ ਪੰਜਾਬੀ ਤਿੰਨਾਂ ਦੀ ਆਪਣੀ। ਇਹਦੇ ਨਾਲ ਸਾਰੇ ਗੱਲ ਹੋਈ, ਉਹ ਇੱਥੇ ਨਾ ਇੱਕ ਆਦਮੀ ਵੇਟਗੰਜ, ਉਹਦਾ ਨਾਂ ਆਇਆ ਸਰ, ਉਹਨੂੰ ਗੰਜੀ ਛੱਪੜੀ ਕਹਿੰਦੇ ਨੇ, ਚੌੜੇ ਬਾਜ਼ਾਰ ਤੋਂ ਗਲੀ ਜੀ ਜਾਂਦੀ ਹੈ, ਅਤੇ ਉੱਥੇ ਆਨੰਦ ਆਨੰਦ ਹੁੰਦਾ ਸੀ, ਪਰੂਥੀ ਜਾਤ ਸਾਡੀ ਬਰਾਦਰੀ 'ਚ, ਉਹਦਾ ਮੁੰਡਾ ਇੱਥੇ ਸਾਡੇ ਗੁਆਂਢ ਗੀਤਾ ਮੰਦਰ ਕੋਲ ਵਿਆਹਿਆ, ਜਦੋਂ ਵਿਆਹਿਆ ਅਤੇ ਉਹ ਮੈਂ ਉਹਨੂੰ ਕੰਮ ਸੀ, ਮੈਂ ਗਿਆ ਅਤੇ ਉਹ ਮੁੰਡੇ ਨਾਲ ਲੜੀ ਜਾਵੇ, ਮੁੰਡੇ ਦਾ ਨਾਂ ਸੀ ਜੋਗਿੰਦਰ, ਉਹਦੇ ਸਹੁਰੇ ਸੀ ਇੱਥੇ। ਮੈਂ ਚਾਚਾ ਕਿਉਂ ਲੜੀ ਜਾਣਾ ਮੁੰਡੇ ਨਾਲ, ਕੀ ਕਸੂਰ ਕੀਤਾ? ਆਂਦਾ ਭੈੜਿਆ, ਸਾਡਾ ਸ਼ੂਰ ਭਰਨਿਆ ਤੁਹਾਡੀ ਗਲੀ 'ਚ, ਹੁਣ ਇਸ ਗੱਲ ਨੂੰ ਸਮਝ ਤੂੰ, ਸਾਡਾ ਸ਼ੂਰ ਭਰ, ਸ਼ੂਰ ਕਹਿੰਦੇ ਨੇ ਮੁੰਡੇ ਨੂੰ, ਸ਼ੂਰ ਸ਼ੂਰ ਸ਼ੂਰ, ਸਾਡਾ ਸ਼ੂਰ ਭਰਨਿਆ ਵਿਆਹਿਆ, ਸਾਡਾ ਮੁੰਡਾ ਵਿਆਹਿਆ ਤੁਹਾਡੇ ਮੁਹੱਲੇ 'ਚ, ਕਹਿੰਦਾ ਸਾਡਾ ਸ਼ੂਰ ਭਰਨਿਆ ਤੁਹਾਡੀ ਗਲੀ 'ਚ। ਉਹ ਜਦੋਂ ਆਉਂਦੇ ਨਾ ਤਾਂ ਅਸੀਂ ਲਿਆਉਂਦੇ ਕੰਪਾ ਕੋਲਾ, ਇਹ ਪਾਕਿਸਤਾਨ ਦੀ ਬੋਲੀ ਭੱਦੀ ਜੀ, ਕੰਪਾ ਕੋਲਾ, ਮਿਠਿਆਈ ਲਿਆਉਂਦੇ ਹਾਂ, ਬਿਸਕੁਟ ਲਿਆਉਂਦੇ ਹਾਂ, ਉਹ ਬਹਿਣੀਆਂ ਸਭ ਕੁਛ ਖਾ ਜਾਂਦੇ, ਜਾਂਦੇ ਐਂ ਨਹੀਂ ਕਰਦੇ ਵੀ ਸ਼ੋਹਰ ਦੀ ਤਾਲੀ 'ਤੇ ਥੁੱਕ ਵੀ ਸੱਟ ਜਾਵਣ, ਵੀ ਜਾ ਆਮ ਠੀਕਾਂ ਭੈਣਾਂ ਨੂੰ ਮਿਲਣ ਗਏ, ਕੁਛ ਨਾ ਕੁਛ ਦੇ ਕੇ, ਕਹਿੰਦੇ ਜਾਂਦੇ ਉਹ ਵੀ ਨਹੀਂ ਕਰਦੇ ਵੀ ਸ਼ੋਹਰ ਦੀ ਤਾਲੀ 'ਤੇ, ਕੁੜੀ ਨੂੰ ਸ਼ੋਹਰ ਕਹਿੰਦੇ ਨੇ। ਅੱਛਾ, ਮੁੰਡੇ ਨੂੰ ਸ਼ੋਹਰ, ਹਾਂ ਸ਼ੂਰ ਸ਼ੂਰ, ਅਤੇ ਕੁੜੀ ਨੂੰ ਸ਼ੋਹਰ ਸ਼ੋਹਰ, ਹਾਂ ਜਾਂਦੇ ਐਂ ਨਹੀਂ ਕਰਦੇ ਵੀ ਸ਼ੋਹਰ ਦੀ ਤਾਲੀ 'ਤੇ ਥੁੱਕ ਵੀ ਸੱਟ ਜਾਵੇ। ਇਹ ਜੀ ਗੱਲਾਂ ਇਹ ਬੁੱਢੇ ਕਈ ਕਈ ਕਰਦੇ, ਇਹ ਬੜੇ ਸੁਣ ਕੇ ਬੱਚੇ ਹੱਸੇ, ਪਾਪਾ ਇੱਕ ਵਾਰੀ ਫਿਰ ਸੁਣਾਓ, ਮੈਂ ਕਹਿੰਦੇ ਫਿਰ ਆਇਆ ਤਾਂ ਫਿਰ ਸੁਣਾਵਾਂਗੇ, ਫਿਰ ਤੁਸੀਂ ਚਾਹ ਚੋਂ ਬਣਾਇਓ, ਫਿਰ ਵੱਧ ਗੱਲਾਂ ਕਰ ਦਿਆਂਗੇ। ਅੱਛਾ, ਬਹੁਤ ਵਧੀਆ ਲੱਗਿਆ। ਅੱਛਾ, ਮੈਂ ਇੱਕ ਮਿੰਟ ਪੁੱਛ ਕੇ ਆਵਾਂ ਬਈ ਕੀ ਕਿਉਂ ਸੱਦਿਆ ਸੀ, ਅਤੇ ਜਾਇਓ ਨਾ ਇੱਕ ਮਿੰਟ, ਠੀਕ ਹੈ ਜੀ, ਇਹ ਸੀ ਗੇਟ ਖੋਲ ਕੇ ਜੀ, ਤੇ ਬਹੁਤ ਵਧੀਆ ਲੱਗੇ ਇਹਨਾਂ ਗੱਲਾਂ ਸੁਣ ਕੇ, ਬਹੁਤ ਬਿਜ਼ੀ ਨੇ ਬਾਪੂ ਜੀ, ਸਾਡੇ ਇਸ ਉਮਰ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਨੇ, ਤੇ ਪਰ ਫਿਰ ਵੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ, ਤੇ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਸੁਣਦੇ ਹੋ, ਤੇ ਮਿਲਦੇ ਹਾਂ ਜੀ।